ਸੀ ਕੀ एवरीवन बॉडी God bless you। প্রভু ਦਾ ਫਤਨਵਾਦ ਕਰਦੇ ਹਾਂ ਸੋਨੇ ਦੇਣ ਲਈ। ਹallelujah। ਬਹੁਤ ਰੇਨੀ ਵੈਦਰ ਹੋਆ। ਯੇਪ। ਪਰਮੈਸ਼ਰ ਜਿੱਦਾਂ ਦਾ ਵੀ ਵੈਦਰ ਦਿੰਦਾ ਸਾਨੂੰ ਧੰਨਵਾਦ ਕਰਨ ਦੀ ਲੋੜ ਆ ਕਿ ਸਾਡਾ ਜੀਵਨ ਅਸੀਂ ਇੱਥੇ ਹੈਗੇ ਆ। ਆਪਾਂ ਦੇਖਦੇ ਹਾਂ ਬਹੁਤ ਮੌਲਖਾਂ ਦੇ ਵਿੱਚ ਲੜਾਈਆਂ ਲੱਗੀਆਂ ਐ ਪਰ ਆਪਾਂ ਪੀਸਫੁਲ ਹੈਗੇ ਆ, ਤੰਦਰੁਸਤ ਹੈਗੇ ਆ। ਸੋ ਆਪਾਂ ਪਰਮੈਸ਼ਰ ਦਾ ਧੰਨਵਾਦ ਕਰਦੇ ਆਂ, ਆਪਾਂ ਨੂੰ ਪਰਮੈਸ਼ਨ ਨੇ ਖਾਤਰੀਤ ਉbaar ਰੱਖਿਆ। ਅਮਨ ਯੋ ਸੋ ਤੁਹਾਡਾ ਸਿਸ ਸਵਾਗਤ ਕਰਦੇ ਆਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਪਿਤਾ ਪਰਮੇਸ਼ਰ ਦਾ ਤੇ ਪ੍ਰਭੂ ਯਿਸੂ ਮਸੀਹ ਦਾ ਪਵਿੱਤਰ ਆਤਮਾ ਜੀ ਦਾ ਤੇ ਸਵਰਗ ਦੂਤਾਂ ਦਾ ਧੰਨਵਾਦ ਕਰਦੇ ਜੋ ਸਾਡੇ ਨਾਲ ਨਾਲ ਰਹਿੰਦੇ ਆ ਤੇ ਸਾਡੀ ਹਰ ਸਿਚੁਏਸ਼ਨ ਦੇ ਵਿੱਚ ਹੈਲਪ ਕਰਦੇ ਆ ਤੇ ਤੁਹਾਡਾ ਵੀ ਬਹੁਤ ਸ਼ੁਕਰ ਕਰਦੀ ਆ ਕਿ ਤੁਸੀਂ ਫੇਥਫੁਲੀ ਜੁੜਦੇ ਆ ਜਿੰਨੇ ਕਿ ਜੁੜੇ ਆ ਤੇ ਜਿਹੜੇ ਨਹੀਂ ਵੀ ਜੁੜੇ ਉਹਨੇ ਜੁੜ ਜਾਣਾ ਹੈ ਕਈ ਵਾਰੀ ਕੰਮ ਆ ਤੇ ਹੁੰਦੇ ਕਈ ਵਾਰੀ ਬੱਚਿਆਂ ਦਾ ਸਕੂਲ ਟਾਈਮ ਆ ਇਹ ਸਾਨੂੰ ਅੰਡਰਸਟੈਂਡ ਕਰਦੇ ਆ ਪਰ ਫੇ ਵੀ ਤੁਸੀਂ ਮਗਰੋਂ ਵੀ ਦੇਖਣ ਨੂੰ ਚੇਤਾ ਨਾ ਭਲਾਇਆ ਕਰੋ ਜ਼ਰੂਰ ਦੇਖਿਆ ਕਰੋ ਕਿ ਵੀ ਲਾਈਵ ਜਦੋਂ ਅਸੀਂ ਕਰਦੇ ਨਹੀਂ ਹੋ ਸਕਦਾ ਪਰ ਪਰਮੇਸ਼ਰ ਦੀ ਕਿਰਪਾ ਆ ਕਿ ਟੈਕਨੋਲੋਜੀ ਦੇ ਥਾਣੀ ਆਪਾਂ ਇਹਨੂੰ ਮਗਰੋਂ ਫੇਰ ਦੇਖ ਸਕਦੇ ਆ ਇਹ ਨਹੀਂ ਹੈਗਾ ਕਿ ਐਕਵਰੀ ਸਾਡੇ ਕੋਲ ਟਾਈਮ ਨਹੀਂ ਲੱਗਾ ਤਾਂ ਅਸੀਂ ਮੁੜ ਕੇ ਇਹਨੂੰ ਨਹੀਂ ਦੇਖ ਸਕਦੇ ਜਦੋਂ ਮਰਜ਼ੀ ਦੇਖ ਸਕਦੇ ਪ੍ਰੋਗਰਾਮ ਕਿਉਂਕਿ ਜਿਹੜਾ ਵਚਨ ਆ ਪ੍ਰਭੂ ਦਾ ਉਹ ਸਾਡੇ ਜੀਵਨ ਲਈ ਬਹੁਤ ਜ਼ਰੂਰੀ ਆ ਹੂੰ ਜਿੱਦਾਂ ਸਾਡੇ ਸਰੀਰ ਦੇ ਲਈ ਖਾਣਾ ਜ਼ਰੂਰੀ ਆ ਪਾਣੀ ਜ਼ਰੂਰੀ ਆ ਹਵਾ ਜ਼ਰੂਰੀ ਆ ਇਸੇ ਤਰ੍ਹਾਂ ਪ੍ਰਾਰਥਨਾ ਤੇ ਪ੍ਰਭੂ ਦਾ ਵਚਨ ਸਾਡੇ ਬਚਨਾਂ ਲਈ ਸਾਡੇ ਆਤਮਾ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਅਮਨ ਕਿਉਂਕਿ ਵਚਨਾਂ ਦੇ ਨਾਲ ਹੀ ਸਾਨੂੰ ਪਤਾ ਲੱਗਦਾ ਆ ਸਾਡੀ ਆਤਮਾ ਨੂੰ ਅਸੀਂ ਕੀ ਖਾਣਾ ਆ ਤੇ ਕਿੱਦਾਂ ਰਹਿਣਾ ਆ ਕੀ ਕਰਨਾ ਆ ਇਸ ਕਰਕੇ ਸਾਨੂੰ ਹਰ ਵੇਲੇ ਪ੍ਰਭੂ ਦੇ ਵਚਨਾਂ ਦੇ ਨਾਲ ਜੁੜੇ ਰਹਿਣਾ ਚਾਹੀਦਾ ਆ ਕੋਈ ਕਹਿੰਦਾ ਹੈ ਕਿ ਪ੍ਰਾਰਥਨਾ ਕਰ ਲਈ ਆ ਬਚਨ ਪੜਨ ਦਾ ਟਾਈਮ ਨਹੀਂ ਲੱਗਾ ਕਦੀ ਤੁਸੀਂ ਇਦਾਂ ਸੋਚਿਆ ਕਿ ਜੇ ਤੁਸੀਂ ਪਾਣੀ ਪੀ ਲਿਆ ਹੋਵੇ ਪਰ ਖਾਣਾ ਨਾ ਖਾਦਾ ਹੋਵੇ ਜਾਂ ਚਾਹ ਪੀ ਲਈ ਤੇ ਖਾਣਾ ਨਹੀਂ ਖਾਦਾ ਤੁਸੀਂ ਕਿੰਨੇ ਦਿਨ ਜੀਂਦੇ ਰਹਿ ਸਕਦੇ ਸੋ ਦੋਨੇ ਪੜੂ ਇਕੱਠੇ ਹੀ ਚੱਲਣੇ ਪੈਂਦੇ ਆ ਪ੍ਰਾਰਥਨਾ ਦੇ ਵਿੱਚ ਵੀ ਪ੍ਰਭੂ ਦਾ ਸ਼ੁਕਰ ਵੀ ਕਰਨਾ ਹੈ ਤੇ ਪ੍ਰਭੂ ਦੇ ਬਚਨ ਵੀ ਪੜਨੇ ਆ ਤਾਂ ਕਿ ਸਾਡੀ ਆਤਮਾ ਸਟਰੋਂਗ ਬਣੀ ਜਾਵੇ ਤੇ ਸਾਡਾ ਪਵਿੱਤਰ ਆਤਮਾ ਜੀ ਸਾਡੀ ਮਦਦ ਕਰਦੇ ਰਹਿਣ ਆਮਨ ਜੇ ਅਸੀਂ ਪੜਿਆ ਹੀ ਨਹੀਂ ਬਚਨ ਤੇ ਸਾਨੂੰ ਕੋਈ ਤਰਾਤਮਾ ਜੀ ਉਹਦੀ ਸਮਝ ਕੀ ਦਊਗੇ ਜੇ ਅਸੀਂ ਸੁਣਿਆ ਹੀ ਨਹੀਂ ਤੇ ਸਾਡੀ ਨੇਚਾ ਕਿੱਦਾਂ ਬਦਲੂਗੀ ਜੇ ਅਸੀਂ ਪ੍ਰਭੂ ਦੇ ਬਚਨ ਬਾਰੇ ਜਾਣਦੇ ਹੀ ਨਹੀਂ ਤਾਂ ਅਸੀਂ ਖਤਰੇ ਖੋਫ ਤੋਂ ਕਿੱਦਾਂ ਬਚਾਂਗੇ ਕਿੱਦਾਂ ਅਸੀਂ ਸਿੱਧੇ ਰਾਤ ਤੇ ਜਾਵਾਂਗੇ ਸੋ ਇਹ ਸਾਰੀਆਂ ਚੀਜ਼ ਆਪਾਂ ਧਿਆਨ ਵਿੱਚ ਰੱਖਣੀਆਂ ਤੇ ਜਿੰਨਾ ਜ਼ਰੂਰੀ ਆਪਾਂ ਸਮਝਦੇ ਕਿ ਸਾਡੇ ਸਰੀਰ ਨੂੰ ਖਾਣਾ ਜ਼ਰੂਰੀ ਆ ਉਨਾ ਹੀ ਜ਼ਰੂਰੀ ਇਹ ਪ੍ਰਭੂ ਦਾ ਬਚਨ ਆ ਕਰਕੇ ਯਿਸੂ ਮਸੀਹ ਜੀ ਨੇ ਆਪ ਕੀਤਾ ਹੈ ਕਿ ਜਿਹੜਾ ਬਚਨ ਆ ਇਹ ਤੁਹਾਡੇ ਲਈ ਇੱਕ ਰੋਟੀ ਆ। ਆਮੇ ਸਾਡੀ ਆਤਮਾ ਦੀ ਰੋਟੀ ਆ। ਆਮੇ ਸੋ ਇਹਦੇ ਨਾਲ ਸਾਨੂੰ ਸਿੱਖਿਆ ਮਿਲਦੀ ਹੈ, ਇਹਦੇ ਨਾਲ ਸਾਨੂੰ ਤਾਰਨਾ ਮਿਲਦੀ ਹੈ, ਇਹਦੇ ਨਾਲ ਸਾਨੂੰ ਪ੍ਰਭੂ ਬਾਰੇ ਹੋਰ ਗੱਲਾਂ ਸਾਨੂੰ ਪਤਾ ਲੱਗਦਾ, ਉਹਦੇ ਸੁਭਾਅ ਦਾ ਪਤਾ ਲੱਗਦਾ, ਸਾਨੂੰ ਦੱਸਦੇ ਆ ਕਿ ਅਸੀਂ ਕੀ ਕਰਨਾ ਹੈ। ਸੋ ਆਪਾਂ ਪ੍ਰਭੂ ਦੇ ਬਚਨਾਂ ਵਿੱਚ ਜ਼ਰੂਰ ਬਣੇ ਰਹਿਣਾ ਆ ਤੇ ਤੁਹਾਡੇ ਲਈ ਇੱਕ ਜੋਬ ਵੀ ਆ। ਕਿਉਂਕਿ ਤੁਸੀਂ ਫਾਇਥਫੁਲ ਆ ਤੇ ਤੁਸੀਂ ਆਪਣੇ ਭੈਣ ਭਰਾਵਾਂ ਨੂੰ ਆਪਣੇ ਯਾਰ ਦੋਸਤਾਂ ਨੂੰ ਫਰੈਂਡਸ ਨੂੰ ਇਹ ਲਿੰਕ ਸ਼ੇਅਰ ਕਰੋ ਤਾਂ ਕਿ ਉਹਨਾਂ ਤੱਕ ਵੀ ਪ੍ਰਭੂ ਦਾ ਬਚਨ ਪਹੁੰਚ ਸਕੇ ਤੇ ਉਹ ਵੀ ਤੁਹਾਡੇ ਵਾਂਗ ਪ੍ਰਭੂ ਦੇ ਵਿੱਚ ਮਜ਼ਬੂਤ ਹੋਣ ਵਾਲੇ ਬਣ ਬਚਨ ਖਾਣ ਨਾਲ ਅਸੀਂ ਤੰਦਰੁਸਤੀ ਪਾਉਂਦੇ ਬਚਨ ਖਾਣ ਨਾਲ ਅਸੀਂ ਸਟਰੋਂਗ ਬਣਦੇ ਆਤਮਾ ਦੇ ਵਿੱਚ ਸੋ ਜੇ ਤੁਸੀਂ ਕਿਸੇ ਨੂੰ ਪਿਆਰ ਕਰਦੇ ਆ ਮੈਂ ਕਹਿੰਦੀ ਆ ਕਿ ਜੇ ਪਰ ਸੱਚੀ ਆਪਾਂ ਸਾਰੇ ਇਸ ਦੁਨੀਆ ਵਿੱਚ ਕੋਈ ਹੈ ਨਹੀਂਗਾ ਜਿਹੜਾ ਕਿਸੇ ਨੂੰ ਨਹੀਂ ਪਿਆਰ ਕਰਦਾ ਜ਼ਰੂਰ ਅਸੀਂ ਡਿਫਰੈਂਟ ਲੋਕਾਂ ਨੂੰ ਪਿਆਰ ਕਰਦੇ ਆ ਤੇ ਤੁਸੀਂ ਵੀ ਕਰਦੇ ਤਾਂ ਹੀ ਆਪਾਂ ਡਿਫਰੈਂਟ ਡਿਫਰੈਂਟ ਲੋਕਾਂ ਨੂੰ ਲਿੰਕ ਸ਼ੇਅਰ ਕਰਨਾ ਹੈ ਆਮੈਂ ਸ਼ੇਅਰ ਐਂਡ ਲਾਈਕ ਇਹ ਦੋ ਚੀਜ਼ਾਂ ਦਾ ਜ਼ਰੂਰ ਚੇਤਾ ਰੱਖਣਾ ਹੈ ਚੇਤਾ ਨਹੀਂ ਭੁਲਾਉਣਾ ਤੇ ਤੁਸੀਂ ਵੀ ਇਦਾਂ ਵੀ ਕਰ ਸਕਦੇ ਹੋ ਨੇ ਜਦੋਂ ਲਿੰਕ ਸ਼ੇਅਰ ਕਰ ਲਿਆ ਉਸ ਤੋਂ ਬਾਅਦ ਜਦੋਂ ਟਾਈਮ ਲੱਗੇ ਆਪਾਂ ਇੱਕ ਦੂਏ ਨੂੰ ਚੇਤਾਵਨੀ ਦੇ ਸਕਦੇ ਹਾਂ ਸੁਣ ਸਕਦੇ ਹਾਂ ਇੱਕ ਦੂਏ ਨਾਲ ਗੱਲਾਂ ਬਾਤਾਂ ਕਰ ਸਕਦੇ ਹਾਂ ਪ੍ਰਭੂ ਦੇ ਬਚਨਾਂ ਬਾਰੇ ਤੇ ਆਜੋ ਆਪਾਂ ਪ੍ਰਾਰਥਨਾ ਕਰਦੇ ਹਾਂ ਹਾਂਜੀ ਤੇ ਫਿਰ ਆਪਾਂ वचन ਪੜ੍ਹ ਪਹਿਲਾਂ वचन ਪੜ੍ਹਦੇ ਫਿਰ ਆਪਾਂ ਪ੍ਰਾਰਥਨਾ ਕਰਾਂਗੇ ਫਿਰ ਆਪਾਂ ਨੂੰ ਪਾਸਟਰ ਜੀ ਦੱਸੂਗੇ ਅੱਜ ਪ੍ਰਭੂ ਦਾ वचन ਉਹਨਾਂ ਨਾਲ ਕੀ ਸ਼ੇਅਰ ਕਰਨ ਨੂੰ ਦਿੱਤਾ ਪ੍ਰਭੂ ਜੀ ਨੇ ਆਮਨ ਐਮਨ ਕਿਉਂਕਿ ਤੁਸੀਂ ਬਹੁਤ ਖਾਸ ਹੋ ਕੋਈ ਵੀ ਆਪਣੇ ਆਪ ਨੂੰ ਨਕਮਾ ਨਾ ਸਮਝਿਓ ਕਿਉਂਕਿ ਪਿਤਾ ਪਰਮੇਸ਼ਰ ਨੇ ਆਪਣੇ ਸਰੂਪ ਦੇ ਉੱਤੇ ਆਪਣੇ ਲੋਕਾਂ ਨੂੰ ਬਣਾਇਆ ਤੇ ਜਦੋਂ ਉਹ ਡੈਗ ਵੀ ਜਾਂਦਾ ਹੈ ਜਦੋਂ ਉਹਨੂੰ ਕੋਲ ਆਸ ਨਹੀਂ ਉਸ ਵੇਲੇ ਉਹਨੇ ਯਿਸੂ ਮਸੀਹ ਨੂੰ ਇਸ ਦਿੱਤਾ ਤਾਂ ਕਿ ਉਹਦੇ ਰਹੀ ਅਸੀਂ ਫੇਰ ਆਪਣਾ ਰਿਸ਼ਤਾ ਜੋੜ ਸਕੀ ਸੋ ਤੁਸੀਂ ਨਾ ਉਮੀਦ ਨਹੀਂ ਹੋਣਾ ਉਮੀਦ ਵਿੱਚ ਰਹਿਣਾ ਭਰੋਸਾ ਕਰਨਾ ਕਿ ਪਿਤਾ ਪਰਮੇਸ਼ਰ ਜੀ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਤੇ ਤੁਸੀਂ ਉਹਨਾਂ ਦੇ ਚੁਣੇ ਹੋਏ ਖਾਸ ਧੀਆਂ ਪੁੱਤਰਾਂ ਆਮਨ ਜੇ ਪਾਟਕ ਵੀ ਗਏ ਅੱਜ ਵੀ ਸਾਡੇ ਕੋਲ ਮੌਕਾ ਹੈਗਾ ਹੈ ਯਿਸੂ ਮਸੀਹ ਦੇ ਵਿੱਚ ਦੀ ਸੋ ਪਹਿਲਾਂ ਆਪਾਂ ਬਚਨ ਪੜਾਂਗੇ ਮਤੀ ਦੀ ਕਿਤਾਬ ਮੈਥਿਊ ਚੈਪਟਰ 20 ਸੌਰੀ ਚੈਪਟਰ 12 ਵਰਸ 24 ਤੋਂ ਲੈ ਕੇ 31 ਤੱਕ ਮੈਂ ਫੇਰ ਕੰਦੀ ਆ ਮਤੀ 12ਵਾਂ ਚੈਪਟਰ 24 ਤੋਂ ਲੈ ਕੇ 31 ਤੱਕ ਆਪਾਂ ਪੜ੍ਹਨਾ ਹੈ ਯਾ ਓਕੇ ਜੀ ਸਾਰੇ ਜੇ ਤੁਹਾਡੇ ਕੋਲ ਬਚਨ ਬਾਈਬਲ ਹੈਗਾ ਆ ਤੇ ਤੁਸੀਂ ਬਚਨ ਖੋਲੋ ਜੇ ਨਹੀਂ ਹੈਗਾ ਤਾਂ ਲੈ ਲਓ ਤੇ ਮਗਰੋਂ ਨਹੀਂ ਫੇਰ ਪੜਿਓ ਪਰ ਫਰੀਸੀਆਂ ਨੇ ਸੁਣ ਕੇ ਕਿਹਾ ਜੋ ਇਹ ਭੂਤਾਂ ਦੇ ਸਰਦਾਰ ਬਿਆਲ ਜਬੂਲ ਦੀ ਸਹਾਇਤਾ ਬਿਨਾਂ ਭੂਤਾਂ ਨੂੰ ਨਹੀਂ ਕੱਟਦਾ ਇਤੇ ਜਿਹੜੇ ਫਰੀਸੀਆ ਉਹ ਯਿਸੂ ਮਸੀਹ ਜੀ ਬਾਰੇ ਗੱਲ ਕਰ ਰਹੇ ਆ ਪਰ ਉਸਨੇ ਉਹਨਾਂ ਦੀ ਸੋਚ ਵਿਚਾਰ ਜਾਣ ਕੇ ਉਹਨਾਂ ਨੂੰ ਆਖਿਆ ਕਿ ਜੇ ਕਿਸੇ ਰਾਜ ਵਿੱਚ ਫੁੱਟ ਪੈਂਦੀ ਹੈ ਸੋ ਵਿਰਾਨ ਹੋ ਜਾਂਦਾ ਹੈ ਅਤੇ ਜਿਸ ਕਿਸੇ ਨਗਰ अथवा ਘਰ ਵਿੱਚ ਫੁੱਟ ਪੈਂਦੀ ਹੈ ਉਹ ਕਾਇਮ ਨਾ ਰਹੇਗਾ ਅਤੇ ਜੇ ਸ਼ਤਾਨ ਹੀ ਸ਼ਤਾਨ ਨੂੰ ਕੱਢਦਾ ਹੈ ਤਾਂ ਉਹਦੇ ਆਪਣੇ ਆਪ ਵਿੱਚ ਫੁੱਟ ਪੈ ਗਈ ਹੈ ਫਿਰ ਉਹਦਾ ਰਾਜ ਕੀ ਕਰ ਕਾਇਮ ਰਹੇਗਾ ਅਰ ਜੇ ਮੈਂ ਬਿਆਲ ਜਬੂਲ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ ਤਾਂ ਤੁਹਾਡੇ ਪੁੱਤਰ ਕਿਹਦੀ ਸਹਾਇਤਾ ਨਾਲ ਕੱਢਦੇ ਹਨ ਇਸ ਲਈ ਤੁਹਾਡਾ ਨਿਆਂ ਕਰਨ ਵਾਲੇ ਉਹ ਹੋਣਗੇ ਪਰ ਜੇ ਮੈਂ ਪਰਮੇਸ਼ਵਰ ਦੇ ਆਤਮਾ ਦੀ ਸਹਾਇਤਾ ਦੇ ਨਾਲ ਹੂੰ ਭੂਤਾਂ ਨੂੰ ਕੱਢਦਾ ਹਾਂ ਤਾਂ ਪਰਮੇਸ਼ਵਰ ਦਾ ਰਾਜ ਤੁਹਾਡੇ ਉੱਤੇ ਆ ਪਹੁੰਚਿਆ ਹੈ अथवा ਕੋਈ ਕਿਸੇ ਜੋਰਾਵਰ ਦੇ ਘਰ ਵਿੱਚ ਵੜ ਕੇ ਉਹਦਾ maal ਕੀ ਕਰ ਲੁੱਟ ਸਕਦਾ ਹੈ ਜੇ ਪਹਿਲਾਂ ਉਹ ਜੋਰਾਵਾਰ ਨੂੰ ਬੰਨ੍ਹ ਨਾ ਲਵੇ ਤਾਂ ਉਹਦਾ ਘਰ ਲੁੱਟੇਗਾ ਜੋ ਮੇਰੇ ਨਾਲ ਨਹੀਂ ਸੋ ਮੇਰੇ ਵਿਰੁੱਧ ਹੈ ਅਤੇ ਜੋ ਮੇਰੇ ਸੰਗ ਇਕੱਠਾ ਨਹੀਂ ਕਰਦਾ ਸੋ ਫਿੰਡੌਂਦਾ ਹੈ ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਜੋ ਹਰੇਕ ਪਾਪ ਅਤੇ ਕੁਫਰ ਮਨੁੱਖਾ ਨੂੰ ਮaaf ਕੀਤਾ ਜਾਵੇਗਾ ਪਰ ਉਹ ਕੁਫਰ ਜਿਹੜਾ ਆਤਮਾ ਦੇ ਵਿਰੁੱਧ ਹੋਵੇ ਮaaf ਨਹੀਂ ਕੀਤਾ ਜਾਵੇਗਾ ਅਤੇ ਜੇ ਕੋਈ ਮਨੁੱਖ ਦੇ 31 ਤੱਕ ਹੀ ਪੜਨਾ 31 ਪੜ ਦਿੰਦਾ 32 ਦਿਖੋ ਸਾਰੇ ਹਾਂਜੀ ਅਤੇ ਜੋ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਗੱਲ ਕਰੇ ਉਹਨੂੰ ਮਾਫ ਕੀਤਾ ਜਾਵੇਗਾ ਪਰ ਜੋ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਗੱਲ ਕਰੇ ਇਹ ਉਸ ਨੂੰ ਨਾ ਇਸ ਯੁੱਗ ਵਿੱਚ ਨਾ ਆਉਣ ਵਾਲੇ ਯੁੱਗ ਵਿੱਚ ਮਾਫ ਕੀਤਾ ਜਾਵੇਗਾ ਆਮੇ ਆਮੇ ਅੱਜ ਆਪਾਂ ਪ੍ਰਾਰਥਨਾ ਕਰੀਏ ਸੱਚੇ ਪਿਤਾ ਪ੍ਰਭੂ ਜੀ ਉਸ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਕਿ ਸੱਚ ਮੁਸ ਤੁਸੀਂ ਬਚਨਾਂ ਦੇ ਰਾਹੀ ਆਪਣੇ ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰਦੇ ਆਂ ਅੱਜ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਆਪਣੇ ਬਚਨਾਂ ਦੇ ਰਾਹੀ ਜਿਹੜੇ ਅੱਜ ਆਪਣੇ ਬਚਨ ਆਪਣੇ ਦਾਸ ਨੂੰ ਦਿੱਤੇ ਐ ਸਾਡੀ ਸਮਝ ਨੂੰ ਖੋਲੋ ਕਿ ਅਸੀਂ ਤੁਹਾਡੀਆਂ ਗੱਲਾਂ ਨੂੰ ਸਮਝ ਸਕੀਏ ਚਾਹੇ ਅਸੀਂ ਸੁਣਾਉਣ ਵਾਲੇ ਆ ਚਾਹੇ ਬੋਲਣ ਵਾਲੇ ਆ ਚਾਹੇ ਸੁਣਨ ਵਾਲੇ ਆ ਪਰ ਤੁਹਾਡੀ ਸਮਝ ਤੋਂ ਬਿਨਾਂ ਅਸੀਂ ਇਸ ਬਚਨਾਂ ਨੂੰ ਸਮਝ ਨਹੀਂ ਸਕਦੇ ਸੋ ਇਸ ਕਰਕੇ ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਸਾਡੇ ਸਾਰਿਆਂ ਦੇ ਉੱਤੇ ਆਪਣੇ ਬਚਨਾਂ ਦਾ ਭੇਦ ਖੁੱਲੋ ਔਰ ਸਾਨੂੰ ਸਮਝ ਦੇਵੋ ਕਿ ਅਸੀਂ ਇਹਨੂੰ ਸੁਣ ਕੇ ਆਪਣੇ ਜੀਵਨ ਦੇ ਵਿੱਚ ਵਰਤ ਸਕੀਏ ਸਮਝ ਸਕੀਏ ਤਾਂ ਕਿ ਇਹ ਬਹੁਤ ਫਲਦਾਰ ਹੋਵੇ ਜਿਵੇਂ ਤੁਹਾਡੇ ਬਚਨ ਦੇ ਵਿੱਚ ਲਿਖਿਆ 30 ਗੁਣਾ 60 ਗੁਣਾ ਤੇ 100 ਗੁਣਾ ਫਲ ਆਵੇ ਸੋ ਪ੍ਰਭੂ ਜੀ ਜਿੰਨੇ ਵੀ ਇਸ ਬਚਨ ਨੂੰ ਸੁਣਨ ਜਿੱਥੇ ਵੀ ਇਹ ਬਚਨ ਜਾਵੇ ਇਦਾਂ ਹੀ ਫਲਦਾਰ ਹੋਵੇ ਪ੍ਰਭੂ ਜੀ ਮੈਂ ਯਿਸੂ ਮਸੀਹ ਜੀ ਦੇ ਮਿੱਠੇ ਤੇ ਚਲਾਲੀ ਨਾਮ ਦੇ ਵਿੱਚ ਪਿਤਾ ਪਰਮੇਸ਼ਰ ਤੋਂ ਜਿਹੜੇ ਸਵਰਗਾਂ ਦੇ ਵਿੱਚੋਂ ਉਹਨਾਂ ਕੋਲੋਂ ਮੰਗਦੀਆਂ ਤੇ ਪਾਉਂਦੀ ਆਂ ਆਮੇਨ ਆਮੇਨ Amen. Thank you Lord. Thank you. Hallelujah. Praise God all so fine. Okay. ਆਪਾਂ ਇੱਕ ਵਾਰੀ ਫੇਰ ਬਾਈਬਲ ਦੇ ਵਿੱਚੋਂ ਸਟੱਡੀ ਕਰਦੇ ਹਾਂ। ਸਹੀ ਚੀਜ਼ਾਂ ਜਿਹੜੀਆਂ ਸਾਨੂੰ ਸਿੱਖਣੀਆਂ ਦੁਨੀਆ ਦੇ ਵਿੱਚ ਉਹ ਬਾਈਬਲ ਦੇ ਵਿੱਚੋਂ ਮਿਲਦੀਆਂ। ਦੁਨੀਆ ਦੇ ਵਿੱਚ ਅੱਜਕੱਲ ਬਹੁਤ ਟਵਿਸਟਡ ਚੀਜ਼ਾਂ ਹੋਈਆਂ ਬਹੁਤ ਕਮਾਟ ਕੋ ਕਮਾਹ ਕਮਾ ਕੇ ਆਪਾਂ ਗਲਤ ਕੀਤੀਆਂ। ਉਹਨੂੰ ਸਟ੍ਰੇਟਨ ਉੱਟ ਕਰਨੂ ਆਪਾਂ ਬਾਈਬਲ ਦੇ ਵਿੱਚੋਂ ਦੇਖਣਾ ਪੈਂਦਾ ਆ। ਕਈ ਵਾਰੀ ਸਾਡੇ ਖਿਆਲ ਜੋ ਅਸੀਂ ਦੁਨੀਆ ਤੋਂ ਸੁਣਿਆ ਜਾਂ ਅਸੀਂ ਫੈਲਮਾਂ ਦੇ ਵਿੱਚ ਦੇਖਿਆ ਜਾਂ ਅਸੀਂ ਹੋਰ ਕਿਥੋਂ ਲੈ ਲਿਆ ਤੇ ਉਹ ਸਾਡੇ ਮਨ ਨੂੰ ਬਹੁਤ ਸੋਹਣਾ ਲੱਗਦਾ ਆ ਤੇ ਪਰ ਉਹ ਸਹੀ ਨਹੀਂ ਹੁੰਦਾ ਹੈਗਾ। ਪਰ ਇੱਕੋ ਚੀਜ਼ ਸਹੀ ਆ ਉਹ ਰੱਬ ਦੇ ਬੇਸ਼ਕ ਦਾ ਬਚਨ। ਆਮੇਨ। ਆਪਾਂ ਦੇਖਦੇ ਆਂ ਬਈ ਓਵਰ 5000 ইয়ার্স ਤੋਂ ਉੱਤੇ ਹੋ ਗਿਆ ਆ ਨਹੀਂ 6000 ইয়ার্স ਹੋ ਗਿਆ ਆ ਜਦ ਦੀ ਦੁਨੀਆ ਬਣੀ ਹੋਈ ਆ ਤੇ ਜਿਹੜਾ ਬਚਨ ਆ ਉਦੋਂ ਦਾ ਲਿਖ ਹੁੰਦਾ ਜਾਂਦਾ ਆ ਉਹ ਪੁਰਾਣਾ ਨਹੀਂ ਹੋਇਆ ਹੈਗਾ ਬਹੁਤ ਲੋਕੀ ਕਹਿੰਦੇ ਆਊਟਰ ਡੇਟ ਹੋ ਗਿਆ ਹਮ ਓਕੇ ਉਹ ਆਊਟਰ ਡੇਟ ਨਹੀਂ ਹੋਇਆ ਹੈਗਾ ਹਰ ਵੇਲੇ ਅਪ ਟੂ ਡੇ ਰ ਜਦੋਂ ਬਾਜੀ ਤੁਸੀਂ ਚੈੱਕ ਕਰਕੇ ਦੇਖ ਲਓ ਸਾਡੇ ਰਸਮ ਰਿਵਾਜ ਬਦਲ ਗਏ ਆ ਪਰ ਬਚਨ ਨਹੀਂ ਬਦਲਦਾ ਹੈਗਾ ਕਈ ਵਾਰੀ ਜੋ ਬਾਈਬਲਾਂ ਦੇ ਬਾਈਬਲ ਦੇ ਵਿੱਚ ਵੀ ਰਸਮ ਰਿਵਾਜ ਸਿਗਾ ਹੋ ਸਕਦਾ ਉਹ ਬਦਲ ਗਿਆ ਹੋਵੇ ਉਹਦਾ ਕੀ ਮਤਲਬ ਭਈ ਅਸੀਂ ਜਦੋਂ ਇੱਕ ਵਾਰੀ ਲੋਕਾਂ ਨੂੰ ਦੱਸਦੇ ਸੀਗੇ ਉਹ ਹੋ ਸਕਦਾ ਉਹਨਾਂ ਦੇ ਘਰ ਦੇ ਮੋਰੇ ਜਾ ਕੇ ਦੱਸਦੇ ਸੀ ਉਹਨਾਂ ਦੇ ਡੋਰਾ ਕਰਕੇ ਦੱਸਦੇ ਸੀਗੇ ਜਾਂ ਅਸੀਂ ਮਾਰਕੀਟਾਂ ਵਿੱਚ ਦੱਸਦੇ ਸੀਗੇ ਹੁਣ ਹੋ ਸਕਦਾ মিডিਆ ਥਾਣੀ ਦੱਸਦੇ ਆ ਮੈਥਡਸ ਬਦਲ ਗਏ ਆ ਬਚਨ ਪਰ ਜਿਹੜਾ ਬਚਨ ਆ ਉਹ ਸਹੀ ਹੀ ਆ ਅਮਨ ਇਸ ਕਰਕੇ ਆਪਾਂ ਨੂੰ ਬਚਨ ਉੱਤੇ ਧਿਆਨ ਦੇਣ ਦੀ ਜਰੂਰਤ ਆ ਬਚਨ ਨਾਲ ਚੱਲਣ ਦੀ ਜਰੂਰਤ ਆ ਠੀਕ ਸੋ ਇੱਕ ਸਵਾਲ ਆ ਜਿਹੜਾ ਕਈ ਵਾਰੀ ਮੈਨੂੰ ਲੋਕਾਂ ਨੇ ਪੁੱਛਿਆ ਆ ਤੇ ਉਹਦਾ ਅੱਜ ਆਪਾਂ ਜਵਾਬ ਦੇਣਾ ਆ ਆਪਾਂ ਮਨ ਵਿੱਚੋਂ ਨਹੀਂ ਦੇਣਾ ਨਾ ਉਤੋਂ ਤੋਂ ਦੇਖ ਕੇ ਦੇਣਾ ਆ ਡੀਪ ਸਟੱਡੀ ਕਰਕੇ ਪਤਾ ਲੱਗਣਾ ਆਪਾਂ ਨੂੰ ਉਹਦਾ ਕੀ ਜਵਾਬ ਆ ਓਕੇ ਇੱਥੇ ਇੱਕ ਪਹਿਲੇ ਯਹੂਨਾ ਦੇ ਵਿੱਚ ਉਹਦਾ ਪੰਜਵਾਂ ਚੈਪਟਰ ਤੇ ਉਹਦੀ 16ਵੇਂ ਅਧਿਆਏ ਦੇ ਵਿੱਚ ਇੱਕ ਬਾਈਬਲ ਸਾਨੂੰ ਦੱਸਦੀ ਆ ਕੁਝ ਕਰਨ ਵਾਸਤੇ ਓਕੇ ਇਹ ਆਪਾਂ ਪੜਨ ਲੱਗੇ ਆ ਪਹਿਲਾ ਯਹੂਨਾ ਜਿਹੜੇ ਪਿੱਛੇ ਜਾ ਕੇ ਤੁਹਾਡੇ ਖਾਤੇ ਆ ਯਹੂਨਾ ਦੇ ਉਹਦਾ ਪੰਜਵਾਂ ਚੈਪਟਰ 1 ਜਹੂਨ ਚੈਪਟਰ 5 ਵਰਸ 16 ਸ੍ਰਿੰਦਰਾ ਆਪਣੇ ਵਾਸਤੇ ਪੰਜਾਬੀ ਚ ਪੜ੍ਹੂਗੀ ਤੇ ਆਪਾਂ ਧਿਆਨ ਦੇ ਨਾਲ ਸੁਣਾਂਗੇ ਇਹ ਤੁਹਾਡ ਕੋ ਬਾਈਬਲ ਹੈਗੀ ਨਾਲ ਫੋਲੋ ਰੀ ਤੇ ਨੋਟ ਬਣਾਈ ਚਲੋ ਤੁਹਾਡੇ ਬਹੁਤ ਕੰਮ ਆਉਣਿਆ ਇਹ ਹੈ ਇਹ ਪਹਿਲਾ ਜਹੂਨਾ ਉਹਦਾ 5ਵਾਂ ਚੈਪਟਰ ਤੇ ਉਹਦੀ 16ਵੀਂ ਆਇਤ ਵਿੱਚ ਇਦਾਂ ਲਿਖਿਆ ਜੇ ਕੋਈ ਆਪਣੇ ਭਰਾ ਨੂੰ ਅਜੀਹਾ ਪਾਪ ਕਰਦਾ ਵੇਖੇ ਜੋ ਮੌਦ ਦਾ ਕਰਨ ਨਹੀਂ ਤਾਂ ਉਹ ਮੰਗੇ ਅਤੇ ਪਰਮੇਸ਼ਰ ਉਹਨੂੰ ਜੀਵਨ ਦੇਵੇਗਾ ਅਰਥਾਤ ਉਹਨਾਂ ਲਈ ਜਿਹੜੇ ਇਹੋ ਜਿਹਾ ਪਾਪ ਕਰਦੇ ਹਨ ਜੋ ਮੌਤ ਦਾ ਕਾਰਨ ਨਹੀਂ ਹੈ ਇਹੋ ਜਿਹਾ ਇੱਕ ਪਾਪ ਹੈ ਜਿਹੜਾ ਮੌਤ ਦਾ ਕਾਰਨ ਹੈ ਉਹਦੇ ਵਿਖੇ ਮੈਂ ਨਹੀਂ ਆਖਦਾ ਕਿ ਉਹ ਬੇਨਤੀ ਕਰੇ ਆਮੇਨ ਅਥੀਓਸਨ ਦੱਸਦਾ ਹੈ ਜਿਹਨੂੰ ਯਿਸੂ ਮਸੀਹ ਨੂੰ ਪਾਇਆ ਉਹਨਾਂ ਚੱਲਦੇ ਆ ਜੇ ਸਾਨੂੰ ਕੋਈ ਦੀਦਾ ਉਹਨਾਂ ਦੇ ਜੀਵਨ ਦੇ ਵਿੱਚ ਪਾਪ ਆ ਤੇ ਅਸੀਂ ਵੀ ਉਹਨਾਂ ਵਾਸਤੇ ਪ੍ਰੇ ਕਰ ਸਕਦੇ ਆ ਤੇ ਪ੍ਰਭੂ ਉਹਨਾਂ ਨੂੰ ਮਾਫ ਕਰ ਦੂਗਾ ਇਹ ਉਹ ਨਾਸ ਨਹੀਂ ਹੈਗਾ ਜਿੰਨੀ ਹੱਲੇ ਯਿਸੂ ਮਸੀਹ ਨੂੰ ਨਹੀਂ ਪਾਇਆ ਇੱਥੇ ਯਹੂਨਾ ਕੇ ਨੂੰ ਚਿੱਠੀ ਲਿਖਦਾ ਸੀ ਚਰਚ ਨੂੰ ਲਿਖਦਾ ਆ ਯਾ ਓਕੇ ਫਿਰ ਉਹ ਕੀ ਕਹਿੰਦਾ ਆ ਜੇ ਤੁਹਾਡਾ ਕੋਈ ਭਰਾ ਹੋਵੇ ਓਕੇ ਜੇ ਇਹ ਦਾ ਮਤਲਬ ਉਹ ਕਿੰਗਡਮ ਦੇ ਵਿੱਚ ਸਾਡਾ ਭਰਾ ਸੀਗਾ ਓਕੇ ਉਹਦੇ ਪਾਸ ਦੱਸਦਾ ਆ ਬਹੁਤ ਸਾਲ ਹੋ ਗਿਆ ਮੈਂ ਕਿਹਾ 80s ਦੀ ਗੱਲ ਆ 1987 ਦੀ ਗੱਲ ਆ ਯਾ ਤੇ ਮੈਂ ਨਾ ਪ੍ਰੋਫੂਨ ਨੇ ਪਹਿਲੀ ਵਾਰੀ ਇਸ ਇਹਦੇ ਬਾਰੇ ਦੱਸਿਆ ਸੀਗਾ ਅ ਮੇਰੀ ਨਾਨੀ ਜੀ ਨੇ ਯਿਸੂ ਮਸੀਹ ਨੂੰ ਪਾਲਿਆ ਸੀ 1985 86 ਦੇ ਵਿੱਚ ਤੇ ਉਹ ਚੰਗੇ ਸਿਆਣੇ ਸੀਗੇ ਤੇ ਮੈਂ ਮੜ ਕੇ ਇਧਰ ਆ ਗਿਆ ਤਾਂ ਉਹਨਾਂ ਨੂੰ ਕੋਈ ਇੰਨੀ ਵੱਡੀ ਸਿੱਖਿਆ ਨਹੀਂ ਸੀ ਪਰ ਉਹ ਯਿਸੂ ਮਸੀਹ ਨੂੰ ਬਹੁਤ ਪਿਆਰ ਕਰਦੇ ਸੀ ਮੇਰੇ ਜਾਣ ਤੋਂ ਪਹਿਲਾਂ ਵੀ ਉਹ ਕਰਦੇ ਸੀ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕਿੱਦਾਂ ਪਤਾ ਲੱਗਾ ਕਰਕੇ ਉਸ ਜਵਾਨੇ ਦੇ ਵਿੱਚ ਪਿੰਡਾਂ ਦੇ ਵਿੱਚ ਕੋਈ ਪਤਾ ਨਹੀਂ ਇਸ ਚੀਜ਼ ਦੇ ਬਾਰੇ ਉਹ ਕਹਿੰਦੀ ਇੱਕ ਵਾਰੀ ਮੈਂ ਡਾਕਟਰ ਦੇ ਗਈ ਸੀ ਉੱਥੇ ਇਹਦਾ ਪੋਸਟਰ ਲੱਗਾ ਸੀਗਾ ਤੇ ਮੈਨੂੰ ਉਹਦੇ ਵੱਲੋਂ ਦੇਖ ਕੇ ਮੇਰਾ ਪਿਆਰ ਪੈ ਗਿਆ। ਹਾਂ। ਤੇ ਮੈਂ ਫਿਰ ਜਦੋਂ ਉਹਨੂੰ ਦੱਸਿਆ ਕਿਦਾਂ ਅਸੀਂ ਯਿਸੂ ਮਸੀਹ ਨੂੰ ਪਾ ਸਕਦੇ ਹਾਂ। ਮੇਰੇ ਮਾਮੇ ਜੀ ਵੀ ਉੱਥੇ ਬੈਠਿਆ ਮੇਰਾ ਨਾਨਾ ਜੀ ਵੀ ਬੈਠਾ ਆ। ਮੈਂ ਸਾਰਿਆਂ ਨੂੰ ਬਿਠਾ ਲ ਕੇ ਖੁਸ਼ਖਬਰੀ ਸੁਣਾਈ। ਹਾਂ। ਤੇ ਉਸੇ ਵੇਲੇ ਕਹਿਣ ਲੱਗੀ ਕਹਿੰਦੀ ਮੈਂ ਤਾਂ ਪਾ ਲੈਣਾ। ਜਦੋਂ ਮੈਂ ਸਵਾਲ ਪੁੱਛਿਆ ਵੀ ਕੌਣ ਜੀਸਸ ਨੂੰ ਪਾਉਣਾ ਚਾਹੁੰਦਾ ਉਹ ਕਹਿੰਦੀ ਮੈਂ ਤਾਂ ਪਾ ਲੈਣਾ। ਹਾਂ। ਹੋਰ ਕਿਸੇ ਨਹੀਂ ਪਾਇਆ ਉਸ ਵੇਲੇ ਪਰ ਉਹਨੇ ਮੇਰੇ ਨਾਲ ਪ੍ਰਾਰਥਨਾ ਕੀਤੀ ਯਿਸੂ ਮਸੀਹ ਨੂੰ ਪਾਲਿਆ ਫਿਰ 2 ਸਾਲ ਬਾਅਦ ਉਹ ਬਹੁਤ ਬਿਮਾਰ ਹੋ ਗਈ ਉਦੋਂ ਆਪਣੇ ਕੋਲ ਇੰਨੇ ਟੈਲੀਫੋਨ ਨਹੀਂ ਸੀਗੇ ਤੇ ਜੇ ਕੋਈ ਸਾਨੂੰ ਚੀਜ਼ ਛੇਤੀ ਪਹੁੰਚਾਉਣੀ ਆ ਉਸ ਵੇਲੇ ਟੈਲੀਗ੍ਰਾਮ ਭੇਜਦੇ ਹੁੰਦੇ ਸੀ ਮੈਨੂੰ ਟੈਲੀਗ੍ਰਾਮ ਆਇਆ ਵੀ ਤੇਰੀ ਨਾਨੀ ਜੀ ਬਹੁਤ ਬਿਮਾਰ ਆ ਜਦੋਂ ਮੈਂ ਟੈਲੀਗ੍ਰਾਮ ਪੜਿਆ ਤਾਂ ਮੈਂ ਆਪਣੇ ਕਮਰੇ ਜਾ ਕੇ ਪ੍ਰੇ ਕਰਨ ਲੱਗਾ ਵੀ ਪ੍ਰਭੂ ਉਹਨੂੰ ਠੀਕ ਕਰ ਦੇਵੇ ਤੇ ਹੌਲੀ ਸਪਿਰਟ ਨੇ ਮੈਨੂੰ ਕਰਨ ਨਹੀਂ ਦਿੱਤੀ ਉਹ ਪ੍ਰਾਰਥਨਾ ਉਹ ਮੈਨੂੰ ਕਹਿਣ ਲੱਗਾ ਤੂੰ ਇਦਾਂ ਕਹਿ ਜਿਉਂਨੇ ਕੋਈ ਜਦੋਂ ਨੇ ਯਿਸੂ ਮਸੀਹ ਨੂੰ ਪਾਇਆ ਸੀ ਉਦੋਂ ਤੋਂ ਕੋਈ ਬਾਦ ਪਾਪ ਕੀਤਾ ਆ ਤੂੰ ਮੈਨੂੰ ਮੇਕੋ ਪ੍ਰਾਰਥਨਾ ਕਰ ਉਹਦੇ ਵਾਸਤੇ ਮੈਂ ਉਹ ਮਾਫ ਕਰ ਦਊਗਾ ਤੇ ਮੈਂ ਉੱਥੇ ਪ੍ਰਾਰਥਨਾ ਕੀਤੀ ਮੈਂ ਕਿਹਾ ਪ੍ਰਭੂ ਜੀ ਉਹ ਜਾਣਦੀ ਨਹੀਂ ਸੀ ਕੁਛ ਵੀ ਉਹ ਕੋ ਬਾਈਬਲ ਹੈ ਨਹੀਂ ਸੀਗੀ ਜਦੋਂ ਤਾਂ ਉਹ ਯਿਸੂ ਮਸੀਹ ਨੂੰ ਪਾਇਆ ਉਹਦੋਂ ਤੁਸੀਂ ਇਹਨਾਂ ਮਾਫ ਕਰਤਾ ਇਖਾਫ ਕਰਤਾ ਸੀ ਕਿ ਉਹ ਤੋਂ ਬਾਅਦ ਉਹ ਕੋਈ ਪਾਪ ਹੋ ਗਿਆ ਉਹਨੂੰ ਮਾਫ ਕਰ ਦੇ ਤੇ ਮੈਂ ਇਹਦਾ ਪ੍ਰਾਰਥਨਾ ਕਰਤੀ ਤੇ ਥੋੜੇ ਚਿਰ ਬਾਅਦ ਮੈਨੂੰ ਪਤਾ ਲੱਗਦਾ ਆ ਉਹਦੀ ਡੈਥ ਹੋ ਜਾਂਦੀ ਆ ਤੇ ਫੇਰ ਮੈਨੂੰ ਪ੍ਰਭੂ ਆ ਬਚਨ ਦਿਖਾ ਲਦਾ ਜਿਹੜਾ ਅਪਾ ਹੁਣ ਪੜ ਕੇ ਹਟਿਆ ਜਿਹੂਨਾ 5 16 ਦੇ ਵਿੱਚ ਵੀ ਅਸੀਂ ਆਪਣੇ ਭਰਾ ਵਾਸਤੇ ਪ੍ਰੇ ਕਰ ਸਕਦੇ ਆ ਆਵੇ ਉਹ ਮਾਫ ਕਰ ਦਿੰਦਾ ਫਿਰ ਕਈ ਵਾਰੀ ਅਸੀਂ ਇੱਕ ਵਾਰੀ ਮੈਨੂੰ ਚੇਤਾ ਆ ਮੈਂ ਤਾਂ ਸਰਿੰਦਰ ਨੇ ਵੀ ਕੋਈ ਚਰਚ ਦੇ ਵਿੱਚ ਭੈਣ ਸੀਗੀ ਜਿਹੜੀ ਥੋੜੀ ਜੀਵਨ ਠੀਕ ਨਹੀਂ ਰਹਿੰਦੀ ਸੀਗੀ ਪਰ ਸਾਨੂੰ ਪਤਾ ਲੱਗਾ ਤੇ ਅਸੀਂ ਦੂਸਰਿਆਂ ਦੇ ਕੋਲ ਨਹੀਂ ਜਾ ਕੇ ਦੱਸਿਆ ਪਾਸਟਰ ਦੇ ਕੋਲ ਨਹੀਂ ਜਾ ਕੇ ਦੱਸਿਆ ਅਸੀਂ ਦੋਹਾਂ ਨੇ ਪ੍ਰੇ ਕੀਤੀ ਪ੍ਰਭੂ ਜੀ ਉਹਨੂੰ ਮਾਫ ਕਰ ਦਿਓ ਉਹਨੂੰ ਪਤਾ ਨਹੀਂ ਉਹ ਕੀ ਕਰ ਰਹੀ ਆ ਉਹਨ ਸੱਚੀਆ ਆਪਣਾ ਜੀਵਨ ਸੁਧਾਰ ਲਿਆ ਤੇ ਉਹ ਐ ਕਿ ਗਰੁੱਪ ਦੇ ਨਾਲ ਜਾ ਕੇ ਪ੍ਰਭੂ ਦੀ ਸੇਵਾ ਕਰਨ ਲੱਪੇ ਸੋ ਸੱਚੇ ਅਸੀਂ ਮੰਗ ਸਕਦੇ ਹਾਂ ਇੱਥੇ ਪ੍ਰਭੂ ਸਾਨੂੰ ਦੱਸਦਾ ਪਰ ਇੱਕ ਚੀਜ਼ ਸਾਨੂੰ ਇੱਥੇ ਹੋਰ ਦੱਸ ਰਿਹਾ ਆ ਉਹ ਕੀ ਆ ਕਹਿੰਦਾ ਤੁਸੀਂ ਉਹਨਾਂ ਵਾਸਤੇ ਪ੍ਰੇਰਣਾ ਨਹੀਂ ਕਰ ਸਕਦੇ ਹੈਗੇ ਜਿਨੇ ਕੋਹੋ ਪਾਪ ਕੀਤਾ ਆ ਜਿਹਦੀ ਮਾਫੀ ਨਹੀਂ ਹੈਗੀ ਇਹ ਆਪਣਾ ਅਜੇ ਸੁਭਾਅ ਆ ਉਹ ਕਿਹੜਾ ਪਾਪ ਆ ਜਿਹਦੀ ਮਾਫੀ ਹੈ ਨਹੀਂਗੀ which is which is the unpardible sin ਜਿਹਨੂੰ ਮਾਫੀ ਮਿਲ ਨਹੀਂ ਸਕਦੀ ਉਹ ਕਿਹੜਾ ਪਾਪ ਆ ਤੇ ਆਪਾਂ ਜੋ ਅੱਜ ਪੜ੍ਹ ਕੇ ਹਟਿਆ ਉਹ ਉਹ ਇੱਥੇ ਆਪਾਂ ਦੇਖਦੇ ਆ ਬਹੁਤ ਲੋਕੀ ਇਹ ਸਮਝਦੇ ਆ ਤੇ ਆਪਾਂ ਇਹਦੇ ਬਾਰੇ ਪੜ੍ਹਦੇ ਆ ਮਸੀਹ ਦੇ ਵਿੱਚੋਂ ਬਾਅਦ ਮੈਂ ਚੈਪਟਰ ਉਹਦੀ 31 ਤੇ 32 ਆਇਤ ਮੈਥਿਊ ਚੈਪਟਰ 12 ਵਰਸ 31 ਟੂ 32 ਹਾਂਜੀ ਆਪਾਂ ਅੱਗੇ ਪੜ੍ਹ ਕੇ ਹਟੇ ਆਂ ਮਤੀ ਇੱਕ ਕਿਤਾਬ ਉਹਦਾ 12ਵਾਂ ਚੈਪਟਰ 31 ਤੇ 32 ਆਇਤ ਪੜ੍ਹਨ ਲੱਗੇ 31 ਐਂਡ 32 ਇਸ ਲਈ ਮੈਂ ਤੁਹਾਨੂੰ ਆਖਦਾ ਹਾਂ ਜੋ ਹਰੇਕ ਪਾਪ ਅਤੇ ਕੁਫਰ ਮਲੂਖਾ ਨੂੰ ਮਾਫ ਕੀਤਾ ਜਾਊਗਾ ਪਰ ਉਹ ਕੁਫਰ ਜਿਹੜਾ ਆਤਮਾ ਦੇ ਵਿਰੁੱਧ ਹੋਵੇ ਮਾਫ ਨਹੀਂ ਕੀਤਾ ਜਾਊਗਾ ਅਤੇ ਜੋ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਗੱਲ ਕਰੇ ਉਹਨੂੰ ਮਾਫ ਕੀਤਾ ਜਾਊਗਾ ਪਰ ਜੋ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਗੱਲ ਕਰੇ ਕਰੇ ਇਹ ਉਸ ਨੂੰ ਨਾ ਇਸ ਯੋਗ ਵਿੱਚ ਨਾ ਆਉਣ ਵਾਲੇ ਯੋਗ ਵਿੱਚ ਮਾਫ਼ ਕੀਤਾ ਜਾਵੇਗਾ ਆਮਨ ਸੋ ਇਥੇ ਫੇ ਆਪਾਂ ਨੂੰ ਪਤਾ ਲੱਗਦਾ ਬਹੁਤ ਭੈਣ ਬ੍ਰਾਹਮਣ ਦਾ ਆਪਾਂ ਨੂੰ ਕਿ ਦੱਸਣਾ ਤੇ ਸਹੀ ਆ ਉਹ ਕੀ ਆ ਜਦੋਂ ਅਸੀਂ ਹੋਲੀ ਸਪਿਰਟ ਦੇ ਖਿਲਾਫ ਬੋਲਦੇ ਆ ਉਹਦੇ ਬਾਰੇ ਦੱਸਤਾ ਵੀ ਸਾਨੂੰ ਮਾਫੀ ਨਹੀਂ ਮਿਲਦੀ ਹੈਗੀ ਓਕੇ ਇੰਨੇ ਸਿੰਪਲ ਆ ਕੋ ਕੋਸ਼ ਦੂੰਗਾ ਹੂੰ ਜਦੋਂ ਯਿਸੂ ਮਸੀਹ ਨੇ ਕਿਹਾ ਸੀ ਉਦੋਂ ਕੀ ਹੋ ਰਿਹਾ ਸੀਗਾ ਉਹ ਵੀ ਆਪਾਂ ਪੜ੍ਹ ਕੇ ਹਟਿਆ ਓਕੇ ਕਾਤੇ ਯਿਸੂ ਮਸੀਹ ਨੇ ਇਹ ਸਟੇਟਮੈਂਟ ਦਿੱਤਾ ਸੀਗਾ ਓਕੇ ਯਿਸੂ ਮਸੀਹ ਭੂਤ ਕੱਢ ਰਿਹਾ ਸੀ ਤੇ ਜਿਹੜੇ ਫਾਰਸੀ ਸੀਗੇ ਜਿਹੜੇ ਮੱਝ ਵੀ ਲੋਕ ਸੀਗੇ ਜਿਹੜੇ ਯਹੂਦੀ ਸੀਗੇ ਤੇ ਜਿਹੜੇ ਯਹੂਦੀਆਂ ਦੇ ਲੀਡਰ ਸੀਗੇ ਉਹ ਕਹਿਣ ਲੱਗੇ ਕਹਿੰਦੇ ਹੈ ਸ਼ੈਤਾਨ ਦੀ ਸ਼ਕਤੀ ਨਾਲ ਕਰਦਾ ਹੈ ਪਰਮੇਸ਼ਰ ਦੀ ਸ਼ਕਤੀ ਨਾਲ ਨਹੀਂ ਹੈਗਾ ਸ਼ੈਤਾਨ ਦੀ ਸ਼ਕਤੀ ਨਾਲ ਤੇ ਇਦੋਂ ਬਾਅਦ ਫਿਰ ਯਿਸੂ ਮਸੀਹ ਨੇ ਸਟੇਟਮੈਂਟ ਦਿੱਤਾ ਸੀ ਇਹ ਵੀ ਆਪਾਂ ਪੜ ਕੇ ਹਟਿਆ ਪਰ ਇੱਕ ਵਾਰੀ ਆਪਾਂ ਫੇਰ ਪੜਦੇ ਫਿਰ ਸਾਨੂੰ ਪਤਾ ਲੱਗ ਜੂਏ ਬਈ ਰੀਅਲੀ ਕੀ ਯਿਸੂ ਮਸੀਹ ਕਹਿੰਦੇ ਸੀ ਮੈਥਿਊ ਚੈਪਟਰ 12 ਵર્સ 24 ਤੋਂ 30 ਹਾਂਜੀ ਮੱਤੀ ਦੀ ਕਿਤਾਬ ਉਹਦਾ 12ਵਾਂ ਚੈਪਟਰ 24 ਤੋਂ ਲੈ ਕੇ 30 ਤੱਕ ਆਪਾਂ ਪੜਦੇ ਆਂ ਇਤੇ ਲਿਖਿਆ ਪਰ ਫਰੀਸੀਆਂ ਨੇ ਸੁਣ ਕੇ ਕਿਹਾ ਜੋ ਇਹ ਭੂਤਾਂ ਦੇ ਸਰਦਾਰ ਬਿਆਲ ਜਗੂਲ ਦੀ ਸਹਾਇਤਾ ਬਿਨਾਂ ਭੂਤਾਂ ਨੂੰ ਨਹੀਂ ਕੰਡਦਾ ਪਰ ਉਸ ਨੇ ਉਹਨਾਂ ਦੀ ਸੋਚ ਵਿਚਾਰ ਜਾਣ ਕੇ ਉਹਨਾਂ ਨੂੰ ਆਖਿਆ ਪੇ ਜਿਸ ਕਿਸੇ ਰਾਜ ਵਿੱਚ ਫਟ ਪੈਂਦੀ ਹੈ ਸਵੈਰਾਣ ਹੋ ਜਾਂਦਾ ਹੈ ਅਤੇ ਜਿਸ ਕਿਸੇ ਨਗਰ अथवा ਘਰ ਵਿੱਚ ਫਟ ਪੈਂਦੀ ਹੈ ਉਹ ਕਾਇਮ ਨਾ ਰਹੂਗਾ ਅਤੇ ਜੇ ਇਸਤਾਨ ਹੀ ਇਸਤਾਨ ਨੂੰ ਕੱਢਦਾ ਆ ਤਾਂ ਉਹ ਆਪਣੇ ਆਪ ਵਿੱਚ ਫਟ ਪੈ ਗਈ ਹੈ। ਉਹਦੇ ਆਪਣੇ ਆਪ ਵਿੱਚ ਫਟ ਪੈ ਗਈ ਹੈ। ਫਿਰ ਉਹਦਾ ਰਾਜ ਕੀ ਕਰ ਕਾਇਮ ਰਹੂਗਾ? ਔਰ ਜੇ ਮੈਂ ਬਿਆਲ ਜਬੂਲ ਦੀ ਸਹਾਇਤਾ ਦੇ ਨਾਲ ਭੂਤਾਂ ਨੂੰ ਕੱਢਦਾ ਹਾਂ ਤਾਂ ਤੁਹਾਡੇ ਪੁੱਤਰ ਕਿਹਦੀ ਸਹਾਇਤਾ ਨਾਲ ਕੱਢਦੇ ਹਨ? ਇਸ ਲਈ ਤੁਹਾਡਾ ਨਿਆ ਕੰਨ ਵਾਲੇ ਉਹ ਹੋਣਗੇ। ਪਰ ਜੇ ਮੈਂ ਪਰਮੇਸ਼ਰ ਦੇ ਆਤਮਾ ਦੀ ਸਹਾਇਤਾ ਨਾਲ ਪੁੱਤ ਨੂੰ ਕੱਢਦਾ ਹਾਂ ਤਾਂ ਪਰਮੇਸ਼ਰ ਦਾ ਰਾਜ ਤੁਹਾਡੇ ਉੱਤੇ ਆ ਪਹੁੰਚਿਆ ਹੈ। अथवा ਕੋਈ ਕਿਸੇ ਜੋਰਾਵਰ ਦੇ ਘਰ ਵਿੱਚ ਵੜ ਕੇ ਉਹਦਾ maal ਕਿਕਰ ਲੁੱਟ ਸਕਦਾ ਹੈ ਜੇ ਪਹਿਲਾਂ ਉਸ ਜੋਰਾਵਰ ਨੂੰ ਬੰਨ ਨਾ ਲਵੇ ਤਾਂ ਉਹਦਾ ਘਰ ਲੁੱਟੇਗਾ। ਤਾਂ ਉਹ ਉਹਦਾ ਘਰ ਲੁੱਟੇਗਾ ਜੋ ਮੇਰੇ ਨਾਲ ਨਹੀਂ ਸੋ ਮੇਰੇ ਵਿਰੁੱਧ ਹੈ ਅਤੇ ਜੋ ਮੇਰੇ ਸੰਗ ਇਕੱਠਾ ਨਹੀਂ ਕਰਦਾ ਸੋ ਖੇਡਾਉਂਦਾ ਹੈ। ਇਸ ਲਈ ਮੈਂ ਤੁਹਾਨੂੰ ਅਗਲਾ ਹਾਂ ਜੋ ਹਰੇਕ ਪਾਪ ਅਤੇ ਕੁਫਰ ਮਨੁੱਖਾ ਨੂੰ ਮaaf ਕੀਤਾ ਜਾਵੇਗਾ ਪਰ ਉਹ ਕੁਫਰ ਜਿਹੜਾ ਆਤਮਾ ਦੇ ਵਿਰੁੱਧ ਹੋਵੇ ਮaaf ਨਹੀਂ ਕੀਤਾ ਜਾਵੇਗਾ ਅਤੇ ਜੋ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਗੱਲ ਕਰੇ ਉਹਨੂੰ ਮaaf ਕੀਤਾ ਜਾਵੇਗਾ ਪਰ ਜੋ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਗੱਲ ਕਰੇ ਇਹ ਉਸ ਨੂੰ ਨਾ ਇਸ ਯੋਗ ਵਿੱਚ ਨਾ ਆਉਣ ਵਾਲੇ ਯੋਗ ਵਿੱਚ ਮaaf ਕੀਤਾ ਜਾਵੇਗਾ ਓਕੇ ਹੁਣ ਇਸੇ ਹੀ ਕੰਟੈਕਸਟ ਦੇ ਵਿੱਚ ਆ ਤੇ ਇਹ ਯਿਸੂ ਮਸੀਹ ਸਮਝਾਉਂਦਾ ਆ ਉਸ ਜਵਾਨੇ ਦੇ ਵਿੱਚ ਹੱਲੇ ਵੀ ਹੈਗਾ ਆ ਕਈਆਂ ਨੇ ਸ਼ਤਾਨ ਦੇ ਕੋਲੋਂ ਅਥਾਰਟੀ ਲਈ ਹੋਈ ਆ ਤੇ ਉਹਦੇ ਨਾਲ ਉਹ ਕਈ ਵਾਰੀ ਸਲਾਹ ਦੇ ਨਾਲ ਭੂਤ ਕੱਢ ਦਿੰਦੇ ਆ ਹਮ ਇੱਕ ਵਾਰੀ ਮੈਂ ਇੰਡੀਆ ਚ ਗਿਆ ਸੀ ਉੱਥੇ ਮੈਨੂੰ ਕਿਸੇ ਨੇ ਜਿਨ੍ਹਾਂ ਨਾਲ ਇਦਾਂ ਹੋਈ ਸੀ ਉਹਨੀ ਸਟੋਰੀ ਦੱਸੀ ਸੀਗੀ ਉਹਨਾਂ ਦੀ ਲੜਕੀ ਸੀ ਉਹਨਾਂ ਦੇ ਵਿੱਚ ਭੂਤ ਸੀਗਾ ਤੇ ਉਹ ਆਪਣੀ ਲੜਕੀ ਨੂੰ ਲੈ ਕੇ ਜਾਂਦਾ ਕਿਸੇ ਸੰਤ ਦੇ ਕੋਲ ਤੇ ਉਹ ਸੰਤ ਉਹਨੂੰ ਦੱਸਦਾ ਆ ਮੈਨੂੰ ਇੱਕ ਬਹੁਤ ਵੱਡੇ ਮੈਨੂੰ ਪਤਾ ਨਹੀਂ ਉਹ ਉਹਨੂੰ ਕੀ ਸਾਦਾ ਸੀਗਾ ਪਰ ਮੈਂ ਤਾਂ ਕਹੂਦੀ ਕਿ ਨਾ ਓਕੇ ਉਹਨੇ ਸ਼ਕਤੀ ਦਿੱਤੀ ਆ ਜਿੰਨੇ ਵੀ ਉਹ ਤੋਂ ਥੱਲੇ ਆ ਉਹਦੀ ਕਿੰਗਡਮ ਦੇ ਵਿੱਚ ਉਹਨਾਂ ਨੂੰ ਉਹ ਛਟਕਾਰਾ ਦੇ ਸਕਦਾ ਉਹਨਾਂ ਨੂੰ ਉਹ ਰਿਲੀਫ ਕਰ ਸਕਦਾ ਓਕੇ ਪਰ ਮੈਂ ਇੱਕ ਚੀਜ਼ ਦੇਖੀ ਆ ਜਿਹੜੇ ਇਦਾਂ ਕਰਦੇ ਆ ਉਹ ਫੇਰ ਕੀ ਕਰਦੇ ਆ ਉਹ ਉਹ ਦੂਸਰਿਆਂ ਉੱਤੇ ਅਥਾਰਟੀ ਰੱਖਣਾ ਪੈਂਦੇ ਸਾਰੇ ਪਰਿਵਾਰ ਉੱਤੇ ਅਥਾਰਟੀ ਰੱਖਣਾ ਪੈਂਦੇ ਆ ਸੋ ਇੱਥੇ ਆਪਾਂ ਦੇਖਦੇ ਆ ਜਿਹੜੀ ਆਪਾਂ ਚੀਜ਼ ਦੇਖ ਲਈ ਉਹ ਇਹ ਆ ਬਈ ਸੱਚੀ ਉਹ ਫਿਊਨਰ ਦੇ ਵਿੱਚ ਮਾਫੀ ਹੈ ਨਹੀਂ ਕਦੇ ਮਿਲ ਨਹੀਂ ਸਕਦੀ ਹੈਗੀ ਓਕੇ ਕੱਲੀ ਆਪਾਂ ਜਦੋਂ ਆਪਾਂ ਉਤੋ-ਉਤੋ ਦੇਖਦੇ ਆ ਕਈ ਵਾਰੀ ਹਾਂ ਕਈਏ ਲੈ ਕੇ ਨੱਠ ਪੈਂਦੇ ਆ ਪਰ ਜਦੋਂ ਆਪਾਂ ਡੂੰਗੀ ਦੇਖਦੇ ਆ ਉਹਦਾ ਜਵਾਬ ਹੋ ਰਿਹਾ ਓਕੇ ਡੂੰਗੀ ਕੀ ਦੇਖਦੇ ਆ ਇੱਕ ਟਾਈਮ ਦੇ ਵਿੱਚ ਜਿਹੜਾ ਪੌਲਿਸ ਸੀਗਾ ਸੌਲ ਨੂੰ ਸੱਦਿਆ ਜਾਂਦਾ ਸੀ ਉਹ ਵੀ ਇਦਾਂ ਹੀ ਸਮਝਦਾ ਸੀ ਉਹ ਕਹਿੰਦਾ ਸੀ ਇਹ ਜਿਹੜੇ ਕ੍ਰਿਸਚੀਅਨਸ ਆ ਇਹ ਇਹਨੀ ਸ਼ਕਤੀ ਪਾਈ ਸ਼ਤਾਨ ਦੇ ਕੋਲੋਂ ਤੇ ਉਹਦੇ ਨਾਲ ਘੂਤ ਘੜਦਿਆ ਤੇ ਹੋਰ ਕਈ ਅੱਜ ਕੱਲ੍ਹ ਵੀ ਆਪਾਂ ਨੂੰ ਬਹੁਤ ਜਾਣਦੇ ਆ ਜਿਹੜੇ ਬਹੁਤ ਹੋਲੀ ਸਪਿਰਟ ਦੇ ਖਿਲਾਫ ਸਿਗੇ ਤੇ ਹੱਲੇ ਵੀ ਲੋਕੀ ਹੈਗੇ ਆ ਜਿਹੜੇ ਬਨ ਗਏ ਨੇ ਪਰ ਉਹ ਜਿਹੜੇ ਭੂਤ ਘਰ ਦੇ ਉਹਨਾਂ ਨੂੰ ਇਦਾਂ ਕਹਿੰਦੇ ਆ ਬਈ ਇਹ ਸ਼ਤਾਨ ਵੱਲੋਂ ਆ ਪਰ ਪਰਮਿਸ਼ਨ ਇਹ ਵੀ ਉਹਨਾਂ ਨੂੰ ਮਾਫੀ ਦਿੱਤੀ ਹੋਈ ਆ ਕਿ ਉਹਨਾਂ ਹਾਲੇ ਨਰਕਮੇ ਜਾਂਦੇ ਨਹੀਂ ਕਿ ਕਿਹਾ ਹੈਗਾ ਓਕੇ ਸੋ ਆਪਾਂ ਨੂੰ ਸੱਚੀ ਨਾਲ ਦੇਖਣਾ ਪੈਂਦਾ ਕਿਦਾਂ ਇਹ ਕੰਮ ਕਰਦਾ ਹੈ ਹਾਊ ਡਸ ਇਟ ਵਰਕ ओके ਇਹ ਜਦੋਂ ਅਸੀਂ ਡੂੰਗੀ ਸਟੱਡੀ ਕਰਨ ਲੱਗਦੇ ਆ ਫਿਰ ਸਾਨੂੰ ਪਤਾ ਲੱਗਦਾ ਇਹਦਾ ਕੀ ਜਵਾਬ ਆ ਆਪਾਂ ਜਡੂੰਗੀ ਕਰਨੀ ਆ ਇਸ ਕਰਕੇ ਤੁਹਾਨੂੰ ਜ਼ਰੂਰਤ ਆ ਵੀ ਤੁਸੀਂ ਆਪਣੀ ਬਾਈਬਲ ਚ ਫੋਲੋ ਜਦੋਂ ਤੁਹਾਨੂੰ ਮੈਂ ਬੋਲਿਆ ਸੀ ਜੋ ਚੇਤਾ ਭੁੱਲ ਗਿਆ ਤੁਸੀਂ ਆਪ ਬਾਈਬਲ ਚ ਜਾ ਕੇ ਦੇਖ ਸਕਦੇ ਆ ਤਾਂ ਫਿਰ ਤੁਸੀਂ ਉੱਤੇ ਯਕੀਨ ਆ ਸਕਦੇ ਕੱਲਾ ਜਗੀਸ਼ ਜਗਦੀਸ਼ ਉੱਤੇ ਨਹੀਂ ਕੱਲਾ ਯਕੀਨ ਰੱਖਣਾ ਪਰ ਬਾਈਬਲ ਦੇ ਉੱਤੇ ਰੱਖਣਾ ਅੱਪਾ ਲੂਕਾ ਦੇ ਵਿੱਚੋਂ ਵੀ ਦੇਖਦੇ ਆ ਯਿਸੂ ਮਸੀਹ ਇਦਾਂ ਹੀ ਬੋਲ ਰਿਹਾ ਸੀ ਲੂਕਾ 12 8 ਤੋਂ 10 ਤੱਕ ਦੱਸਦਾ ਆ ਕਿਦਾਂ ਅਸੀਂ ਮੁਕਤੀ ਪਾਉਣੇ ਆ ਲੂਕ ਚੈਪਟਰ 12 ਵੇਸ 8 ਤੋਂ 10 ਹਾਂਜੀ ਲੂਕਾ ਦੀ ਕਿਤਾਬ ਉਹਦਾ 12ਵਾਂ ਚੈਪਟਰ 8 ਤੋਂ 10 ਅੱਜ ਤਾਂ ਮੈਂ ਪੜਨ ਲੱਗੀ ਆ ਮੈਂ ਤੁਹਾਨੂੰ ਆਖਦਾ ਹਾਂ ਆਪੇ ਜੋ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਕਰਾਰ ਕਰੇ ਮਨੁੱਖ ਦਾ ਪੁੱਤਰ ਵੀ ਪਰਮੇਸ਼ਰ ਦੇ ਦੂਤਾਂ ਦੇ ਅੱਗੇ ਉਹਦਾ ਇਕਰਾਰ ਕਰੂਗਾ ਪਰ ਜੋ ਮਨੁੱਖਾਂ ਦੇ ਅੱਗੇ ਮੇਰਾ ਇਨਕਾਰ ਕਰੇ ਪਰਮੇਸ਼ਰ ਦੇ ਦੂਤਾਂ ਦੇ ਅੱਗੇ ਉਹਦਾ ਇਨਕਾਰ ਕੀਤਾ ਜਾਊਗਾ ਅਤੇ ਜੋ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਗੱਲ ਕਰੇ ਉਹਨੂੰ ਮਾਫ਼ ਕੀਤਾ ਜਾਊਗਾ ਪਰ ਜੋ ਪਵਿੱਤਰ ਆਤਮਾ ਦੇ ਵਿਰੁੱਧ ਕੁਫਰ ਬਕੇ ਉਹਨੂੰ ਮਾਫ਼ ਨਾ ਕੀਤਾ ਜਾਵੇਗਾ ਆਮੇ ਓਕੇ ਸੁਸਾਨੋਈ ਤੇ ਯਿਸੂ ਜੀ ਦੱਸਦਾ ਹੈ ਜੇ ਅਸੀਂ ਯਿਸੂ ਮਸੀਹ ਨੂੰ ਪਾਉਣਾ ਉਹਦੇ ਨਾਲ ਚੱਲਣਾ ਸਾਨੂੰ ਉਹਦਾ ਅਕਰਾਰ ਦੂਸਰੇ ਦੇ ਮੋਹਰੇ ਕਰਨਾ ਹੈ ਜਿੰਨਾ ਚਿਰ ਅਸੀਂ ਉਹ ਕਰਦੇ ਆ ਸਾਡੇ ਕੋਲ ਮਾਫੀ ਹੈਗੀ ਆ ਆਮਨ ਇਹ ਤੋਂ ਹੁਣ ਆਪਾਂ ਦੇਖਣ ਲੱਗੇ ਆ ਵੀ ਕਿੱਦਾਂ ਅਸੀਂ ਆਇਆ ਇਹ ਕਿੱਦਾਂ ਇਹ ਪਾਪ ਅਸੀਂ ਕਰ ਸਕਦੇ ਆ ਜਿਹਦੀ ਮਾਫੀ ਹੈ ਨਹੀਂ ਓਕੇ ਇਹਦੇ ਬਾਰੇ ਆਪਾਂ ਦੇਖਦੇ ਆ ਅੱਜ ਤੇ ਆਪਾਂ ਬਹੁਤ ਕਲੀਅਰਲੀ ਦੇਖਣਾ ਬਾਈਬਲ ਬਹੁਤ ਵਧੀਆ ਕਲੀਅਰਲੀ ਸਕਾਲਦੀ ਆ ਪਰ ਕਈ ਵਾਰੀ ਅਸੀਂ ਟਾਈਮ ਨਹੀਂ ਸਪੈਂਡ ਕਰਦੇ ਹੈਗੇ ਅਸੀਂ ਉਤੋਂ ਤੋਂ ਤੋਂ ਦੇਖ ਕੇ ਤੇ ਸਾਡੇ ਖਿਆਲ ਚ ਵੀ ਸਾਨੂੰ ਪਤਾ ਲੱਗ ਗਿਆ ਹੈ ਪਰ ਨਹੀਂ ਸਾਨੂੰ ਡੂੰਗੀ ਸਟੱਡੀ ਕਰਨੀ ਪੈਂਦੀ ਹੈ ਦੇਖਣਾ ਪੈਂਦਾ ਕਿੱਦਾਂ ਆ ਇਹ ਆਪਾਂ ਹਬਰਾਨੀਆਂ ਦੀ ਕਿਤਾਬ ਦੇ ਵਿੱਚੋਂ ਪੜਾਂਗੇ ਤੇ ਉਹਦਾ 6ਵਾਂ ਚੈਪਟਰ ਤੇ ਉਹਦੀ 4 ਤੋਂ 6 ਆਏ ਤੱਕ ਆਪਾਂ ਪੜਾਂਗੇ ਹਬਰਾਨੀਆਂ ਦੀ ਕਿਤਾਬ ਹੀਬਰੂਜ਼ ਚੈਪਟਰ 6 ਵੇਸ 4 ਤੋਂ 6 ਹਾਂਜੀ ਇਬਰਾਨੀਆਂ 6ਵਾਂ ਚੈਪਟਰ ਤੇ 4 ਤੋਂ ਲੈ ਕੇ 6 ਤੱਕ ਕਿਉਂਕਿ ਉਹ ਜਿਹੜੇ ਇੱਕ ਵਾਰੀ ਉਜਿਆਲੇ ਕੀਤੇ ਅਤੇ ਸੁਰਗੀ ਦਾੰਦ ਦਾ ਸਵਾਦ ਚੱਕਿਆ ਜਾਨੀ ਕਿ ਜਿਨ੍ਹਾਂ ਨੂੰ ਮਾਫੀ ਮਿਲੀ ਅਤੇ ਸੁਰਗੀ ਦਾੰਦ ਦਾ ਸਵਾਦ ਚੱਕਿਆ ਅਤੇ ਪਵਿੱਤਰ ਆਤਮਾ ਵਿੱਚ ਸਾਂਝੀ ਹੋਇਆ ਅਤੇ ਪਰਮੇਸ਼ਵਰ ਦੇ ਸ਼ੁਭ ਬਚਨ ਅਤੇ ਆਉਣ ਵਾਲੇ ਯੁੱਗ ਦੀਆਂ ਸ਼ਕਤੀਆਂ ਦਾ ਸਵਾਦ ਚੱਕਿਆ ਅਤੇ ਮਗਰੋਂ ਬੇਮੁਖ ਹੋ ਗਏ ਤਾਂ ਉਹਨਾਂ ਤੋਂ ਫਿਰ ਨਵੇਂ ਸਿਰਿਓਂ ਤੋਬਾ ਕਰਾਉਣੀ ਅਨ ਹੋਣੀ ਹੈ ਇਸ ਲਈ ਇਸ ਲਈ ਜੋ ਉਹ ਪਰਮੇਸ਼ੁਰ ਦੇ ਪੁੱਤਰ ਨੂੰ ਆਪਣੇ ਵੱਲੋਂ ਇੰਨੇ ਕੀ ਆਪਾ ਪੜ੍ਹਨੇ ਸੀ। ਥੈਂਕ ਯੂ। ਸੋ ਇਥੇ ਆਪਾਂ ਦੇਖਦੇ ਆਂ ਵੀ ਸਾਨੂੰ ਉਹ ਕਲੀਅਰਲੀ ਦੱਸ ਰਿਹਾ ਆ ਵੀ ਕਿਹਦੇ ਬਾਰੇ ਉਹ ਗੱਲ ਕਰ ਰਿਹਾ ਆ। ਉਹ ਕਹਿੰਦਾ ਜੇ ਇਹ ਨਹੀਂ ਮੁੜ ਕੇ ਪਾਪ ਕਰ ਲਿਆ ਜਿਹੜਾ ਅਨਪਾਰਡੋਬਲ ਸਿਨਸ ਆ ਦੇ ਆ ਤੇ ਕਹਿੰਦਾ ਉਹ ਤੋਂ ਤੋਬਾ ਕਰਾਉਣੀ ਉਹ ਤੋਂ ਮੁੜਨਾ ਫੇ ਔਖਾ ਆ ਹੋ ਨਹੀਂ ਸਕਦਾ ਇੰਪੋਸੀਬਲ ਕਹਿੰਦਾ। ਸ਼ੁਰੂ ਹੀ ਇਦਾਂ ਕਹਦਾ ਇੰਗਲਿਸ਼ ਬਾਈਬਲ ਚ ਇਫ ਐਨੀਬਾਡੀ ਸੀ ਸੋ ਫੋਰ ਇਟ ਇਸ ਇੰਪਾਸਸਿਬਲ ਫੋਰ ਦੋਜ਼ ਓਕੇ ਇਹ ਤੋਂ ਸ਼ੁਰੂ ਕਰਦਾ ਇੰਪਾਸਸਿਬਲ ਹੋ ਨਹੀਂ ਸਕਦਾ ਕਿਨਾ ਵਾਸਤੇ ਨਹੀਂ ਹੋ ਸਕਦਾ ਹੈਗਾ ਪਹਿਲਾਂ ਕਹਿੰਦਾ ਦੇ ਵਰ ਵਾਂਸ ਅਲਾਈਟਨਡ ਪਹਿਲਾਂ ਪਰਮੇਸ਼ਰ ਦੇ ਕੋਲੋਂ ਉਹਨਾਂ ਨੂੰ ਲੋ ਮਿਲਿ ਹੋਈ ਸੀਗੇ ਓਕੇ ਐਂਡ ਹੈਵ ਟੇਸਟਡ ਦਾ ਹੈਵਨਲੀ ਗਿਫਟ ਫੇ ਉਹਨਾਂ ਸਦਾ ਦਾ ਜੀਵਨ ਜਿਹੜਾ ਸਵਰਗਾਂ ਵਿੱਚੋਂ ਮਿਲਦਾ ਹੈ ਉਹ ਪਾਇਆ ਹੈ ਓਕੇ ਉਹਨਾਂ ਨੂੰ ਪਰਮੇਸ਼ਰ ਵੱਲੋਂ ਲੋਹ ਹੋਈ ਸੀ ਉਹਨਾਂ ਦੀ ਸਦਾ ਦਾ ਜੀਵਨ ਉਹ ਬੋਨ ਅਗੇਨ ਹੋਏ ਹੋਏ ਸੀਗੇ ਉਹਨਾਂ ਦੇ ਬਾਰੇ ਗੱਲ ਕਰ ਰਿਹਾ ਆ ਪਰ ਇੰਨਾ ਕਾਫੀ ਨਹੀਂ ਹੈਗਾ ਹੋਰ ਚੀਜ਼ਾਂ ਸਾਨੂੰ ਦੱਸਦਾ ਵੀ ਕੌਣ ਉਹ ਪਾਪ ਕਰ ਸਕਦਾ ਹੈ ਠੀਕ ਆਮ ਆਦਮੀ ਨਹੀਂ ਕਰ ਸਕਦਾ ਹੈਗਾ ਜਿਹੜਾ ਹਲੇ ਯਿਸੂ ਮਸੀਹ ਨੂੰ ਜਾਣਦਾ ਨਹੀਂ ਹੈਗਾ ਉਹ ਨਹੀਂ ਕਰ ਸਕਦਾ ਹੈਗਾ ਓਕੇ ਇੱਥੇ ਸਮਹਿਫੇ ਪੜ ਕੇ ਦੱਸਾਂ ਫਰੀਟਿਸ ਇੰਪੋਸੀਬਲ ਫੋਰ ਦੋਸ ਹੂ ਆ ਵਾਂਸ ਅਲਾਈਟਡ ਠੀਕ ਇਸ ਕਰਕੇ ਤੁਹਾਨੂੰ ਆਪਣੀ ਬਾਈਬਲ ਦੇ ਵਿੱਚੋਂ ਦੇਖਣਾ ਪੈਣਾ ਤੁਸੀਂ ਕੱਲਾ ਇਦਾਂ ਹੀ ਨਹੀਂ ਕਹਿ ਸਕਦੇ ਜਗਦੀਸ਼ ਕਹਿੰਦਾ ਸੀ ਤੁਹਾਨੂੰ ਇਹ ਕਹਿਣਾ ਪੈਣਾ ਬਾਈਬਲ 'ਚ ਮੈਂ ਆਪਣੀ ਚ ਪੜਿਆ ਆ ਮੈਂ ਦੇਖ ਲਿਆ ਵੀ ਇਦਾਂ ਲਿਖਿਆ ਆ ਓਕੇ ਜੇ ਨਹੀਂ ਦੇਖਿਆ ਦੇਖੋ ਓਕੇ ਫੇਰ ਤੁਸੀਂ ਜਿੱਦਾਂ ਬਾਈਬਲ 'ਚ ਲਿਖਿਆ ਉਦਾਂ ਕਹੋ ਸੋ ਇਟ ਵਾਸ ਫੋਰ ਇਟ ਇਜ਼ ਇੰਪੋਸੀਬਲ ਫੋਰ ਦੋਸ ਹੂ ਆਰ ਵਾਂਸ ਅਲਾਈਟਨਡ ਐਕਵਰੀਨਲ ਲੋ ਮਿਲ ਗਈ ਐਂਡ ਹੈਵ ਟੇਸਟਡ ਦ ਹੈਵਲੀ ਗਿਫਟ ਉਨੇ ਸਵਰਗਾਂ ਦੇ ਵਿੱਚੋਂ ਉਹ ਮੁਕਤੀ ਪਾ ਲਈ ਆ ਦ ਗੋਟ ਦ ਗਿਫਟ ਆਫ ਲਾਈਫ ਇਟਰਨਲ ਲਾਈਫ ਓਕੇ ਫਿਰ ਉਹ ਕਹਿੰਦਾ ਹੈਗਾ ਪੰਜਵੇਂ ਅਜ ਦੇ ਵਿੱਚ ਐਂਡ ਬੀਕਮ ਪਾਰਟ ਪਾਰਟੇਕਰਸ ਆਫ ਦ ਹੋਲੀ ਸਪਿਰਿਟ ਹੁਣ ਫਿਰ ਕਹਿੰਦਾ ਉਹਨੇ ਹੋਲੀ ਸਪਿਰਟ ਦਾ ਵੀ ਬੈਪਟਿਸਮ ਪਾ ਲਿਆ ਹੈ ਹੈ ਇਥੇ ਕਿੰਨੀ ਕਲੀਅਰ ਦੱਸਦਾ ਕੌਣ ਕਰ ਸਕਦਾ ਪਰ ਉਹਦੇ ਹੱਲੇ ਗੱਲ ਕਰ ਰਹੇ ਆ ਫਿਰ ਇੱਕ ਹੋਰ ਚੀਜ਼ ਉਹ ਦੱਸਦਾ ਹੈਵ ਟੇਸਟਡ ਦ ਗੁੱਡ ਵਰਡ ਆ ਗੋਡ ਪਰਮੇਸ਼ਾ ਦੇ ਬਚਨ ਨੂੰ ਬਹੁਤ ਵਧੀਆ ਜਾਣਦੇ ਆ ਉਹ ਇਹਦਾ ਕੀਮਤ ਉਹ ਨਵੇਂ 크੍ਰਿਸਚੀਅਨ ਨਹੀਂ ਹੈਗੇ ਦੇ ਨੋ ਦ ਵਰਡ ਆਫ ਗੋਡ ਮੈਨ ਹੀ ਕਹਦਾ ਇਹ ਤੂੰ ਆਪੜ ਕੇ ਦੇਖਿਓ ਮੈਂ ਫੇੜ ਪੜ੍ਹ ਕੇ ਸੁਣਾਣਾ ਐਂਡ ਹੈਵ ਟੇਸਟਿਡ ਦ ਗੁੱਡ ਵਰਡ ਆਫ ਗੋਡ ਐਂਡ ਦ ਪਾਵਰਸ ਆਫ ਦ ਏਜ ਟੂ ਕਮ ਉਹਨਾਂ ਦੇ ਕੋਲ ਗਿਫਟਸ ਵੀ ਕੰਮ ਕਰ ਰਹੀਆਂ ਆ ਦੇਵ ਟੇਸਟਿਡ ਦੇਵ ਸੀਨ ਦ ਗਿਫਟਸ ਆਫ ਇਨ ਆਪਰੇਸ਼ਨ ਓਕੇ ਗਿਫਟਸ ਦੀ ਕੀਮਤੋ ਆਈਦਰ ਦੇ ਵਰ ਪ੍ਰੋਫੈਸੀਂਗ They had the word of wisdom, they had the word of knowledge, they had the gifts of healing. They had one of these gifts working in their lives, one out of the nine. They were, they knew. So they were mature Christians. Okay. To renew them again to repentance, since they have crucified again for themselves the Son of God and put him to open shame. In our vastly impossible. ਇਹੀ ਨਹੀਂ ਹੋ ਸਰ ਮੈਂ ਕਹਿੰਦਾ ਇੱਕ ਮਜ਼ੇਦਾਰ ਜੀ ਕਹਾਣੀ ਦੱਸਦਾ ਹਾਂ ਜਿਹੜੀ ਸੱਚੀ ਹੋਈ ਸੀ ਤੇ ਉਹਦੇ ਨਾਲ ਸਾਨੂੰ ਬਹੁਤ ਵਧੀਆ ਸਮਝ ਲੱਗਦਾ ਆ ਬਈ ਇਥੇ ਕੀ ਯਿਸੂ ਮਸੀਹ ਸਾਨੂੰ ਜਾਂ ਬਾਈਬਲ ਸਾਨੂੰ ਕੀ ਸਮਝਾ ਰਹੀ ਆ ਕੋਈ ਪਾਸਟਰ ਸੀਗਾ ਵੈਲ ਨੋਨ ਪਾਸਟਰ ਸੀਗਾ ਉਹ ਕਿਤੇ ਪ੍ਰਚਾਰ ਕਰਨ ਗਿਆ ਆ ਤੇ ਬਹੁਤ ਚੰਗਾ ਆਦਮੀ ਆ ਉਹਦੇ ਕੋਲ 11 ਇਅਰ ਆਲ ਡੋਟ ਰਿਹਾ ਤੇ ਉਹਦੀ ਵਾਈਫ ਉਹਦੇ ਨਾਲ ਨਹੀਂ ਰਹਿੰਦੀ ਹੈਗੀ ਉਹ ਛੱਡ ਕੇ ਗਈ ਹੋਈ ਆ ਤੇ ਉਹ ਕੰਜੀਰਪੁਣਾ ਕਰਦੀ ਆ ਤੇ ਉਹਦੇ ਨਾਲ ਉਹਨੇ ਇੱਕ ਰਾਤ ਰਹਿਣਾ ਤੇ ਉਹਨੇ ਉਹਨਾਂ ਦੇ ਪ੍ਰਚਾਰ ਕਰਨਾ ਵੀਕਐਂਡ ਤੇ ਤੇ ਉਹ ਉਹ ਦੇਖਦਾ ਵੀ ਆਦਮੀ ਡਰਦਾ ਬਹੁਤ ਹੈ ਜਦੋਂ ਉਹ ਬ੍ਰੇਕ ਕਰਨ ਲੱਗੇ ਉਹ ਕਹਿੰਦਾ ਅਸੀਂ ਦੋ ਜਣੇ ਇਕੱਠੇ ਬਹਿ ਕੇ ਬ੍ਰੇਕ ਕਰਨ ਲੱਗੇ ਤੇ ਪ੍ਰਭੂ ਦੇ ਮਨ ਨੂੰ ਉਦੋਂ ਹੀ ਵਿਜ਼ਨ ਦਿਖਾਲੇ ਉਦੋਂ ਹੀ ਦਿਖਾਇਆ ਉਹਦੀ ਵਾਈਫ ਨੂੰ ਦਿਖਾਲੇ ਤੇ ਉਹ ਕੀ ਕੰਮ ਕਰਦੀ ਆ ਕਿੱਦਾਂ ਕਹਿੰਦਾ ਫੀਮਨ ਜਦੋਂ ਉਹਨਾਂ ਨਾਲ ਗੱਲ ਵੀ ਕੀਤੀ ਕਹਿੰਦਾ ਹਾਂ ਇਹ ਕੰਮ ਆ ਫਿਰ ਕਹਿੰਦਾ ਅਪਰੂਵ ਦੱਸਿਆ ਪੁੱਛਿਆ ਬਈ ਤੂੰ ਕਾਹਦੇ ਮੈਨੂੰ ਦਿਖਾਇਆ ਤੇ ਫਿਰ ਉਹ ਸਮਝਦਾ ਆ ਬਈ ਭੂਤ ਨੇ ਉਹਨੂੰ ਫੜ ਲਿਆ ਆ ਤੇ ਉਹ ਕਹਿੰਦਾ ਪਹਿਲਾਂ ਮੈਂ ਦੇਖਦਾ ਆ ਪਹਿਲਾਂ ਕਿੱਦਾਂ ਸ਼ੁਰੂ ਹੋਇਆ ਮੈਨੂੰ ਪ੍ਰਭੂ ਕਹਿੰਦਾ ਵਿਜ਼ਨ ਦੇ ਵਿੱਚ ਦਿਖਾਇਆ ਉਹ ਬਹੁਤ ਸੋਹਣੀ ਔਰਤ ਸੀਗੀ ਚਰਚ ਦੇ ਵਿੱਚ ਬਹੁਤ ਮਚੁਰਲੀ ਕੰਮ ਆਪਣੇ ਹਸਬੰਦ ਦੇ ਨਾਲ ਕਰ ਰਹੀ ਸੀ ਕਹਿੰਦਾ ਸ਼ਤਾਨ ਆਇਆ ਉਹਦੇ ਮੋਢੇ ਤੇ ਬੈਠਾ ਆ ਤੇ ਉਹਦੇ ਕੰਨ ਵਿੱਚ ਕਹਿੰਦਾ ਤੂੰ ਬਹੁਤ ਸੋਹਣੀ ਆ ਜੇ ਕਿਤੇ ਤੂੰ ਦੁਨੀਆ ਵਿੱਚ ਹੁੰਦੀ ਐਨਾ ਵਧੀਆ ਤੂੰ ਗੋਣੀ ਆ ਤੂੰ ਤਾਂ ਬਹੁਤ ਮਸ਼ਹੂਰ ਹੋਣਾ ਸੀ ਪਰ ਉਹਨੂੰ ਉਸੇ ਵੇਲੇ ਪਛਾਣ ਲਿਆ ਕਹਿੰਦੀ ਸ਼ਤਾਨ ਨੱਠ ਜਾ ਇੱਥੋਂ ਤੇ ਉਹ ਚੱਲ ਜਾਂਦਾ ਆ ਪਰ ਥੋੜੇ ਚਿਰ ਬਾਅਦ ਫੇਰ ਮੁੜਿਆ ਉਹ ਸੇਮ ਚੀਜ਼ ਆ ਕੇ ਫੇ ਕਹਿੰਦਾ ਕਹਿੰਦਾ ਤੂੰ ਇੰਨੀ ਸੋਹਣੀ ਆ ਜੇ ਕਿਤੇ ਦੁਨੀਆ ਵਿੱਚ ਹੁੰਦੀ ਐਨਾ ਵਧੀਆ ਗੋਨੀਆ ਤੂੰ ਬਹੁਤ ਮਸ਼ਹੂਰ ਹੋਣਾ ਸੀਗਾ ਤੇ ਉਹਨੇ ਫੇਰ ਨੂੰ ਪਛਾਣਿਆ ਬਈ ਇਸ਼ਤਾਨ ਆ ਉਹ ਫੇਰ ਛੱਡ ਗਿਆ ਉਹ ਫੇਰ ਛੱਡ ਕੇ ਚੱਲ ਜਾਂਦਾ ਹੈ ਫੇਰ ਥੋੜੀ ਚਿਰ ਬਾਅਦ ਮੁੜ ਕੇ ਆ ਜਾਂਦਾ ਹੈ ਫੇਰ ਉਹ ਸੇਮ ਚੀਜ਼ ਓਵਰ ਐਨ ਓਵਰ ਕਹਿੰਦਾ ਆ ਫੇਰ ਸੋਚਣਾ ਪੈਂਦੀ ਆ ਸੱਚੀ ਇੱਥੇ ਕਿੱਥੇ ਮੈਂ ਚਾਚੇ ਦੇ ਵਿੱਚ ਫਸਿਓਈ ਆ ਜੇ ਕਿਤੇ ਮੈਂ ਦੁਨੀਆ ਛੁੰਦੀ ਮੈਂ ਇੰਨੀ ਮਸ਼ਹੂਰ ਹੋਣਾ ਸੀ ਮੇ ਕੋਈ ਇੰਨੇ ਪੈਸੇ ਹੋਣਾ ਸੀ ਉਹ ਜਿਹੜੀਆਂ ਸੋਚਾਂ ਸੀ ਫਿਰ ਉਹਨੂੰ ਯਿਸੂ ਮਸੀਹ ਦਿਖਾਲਦਾ ਪਾਸਟਰ ਨੂੰ ਜਿਹੜਾ ਬਾਹਰੋਂ ਉੱਥੇ ਪ੍ਰਚਾਰ ਕਰਨ ਆਇਆ ਉਹ ਕਹਿੰਦਾ ਮੈਨੂੰ ਦਿਖਾਲਦਾ ਆ ਉਹ ਸੋਚਾਂ ਸੋਚਣਾ ਪਈ ਉਹਦੇ ਦਿਮਾਗ ਕਹਿੰਦਾ ਹੁਣ ਸ਼ੈਤਾਨ ਨੇ ਫੜ ਲਿਆ ਫਿਰ ਉਹ ਕਹਿੰਦਾ ਤੂੰ ਆਪਣੇ ਹਸਬੰਡ ਨੂੰ ਛੱਡ ਕੇ ਚੱਲ ਜਾ ਤੇ ਤੂੰ ਗਉਣ ਲੱਪਾ ਫੇਰ ਵੀ ਤੂੰ ਜੀਜ਼ਸ ਨੂੰ ਮੰਨਦੀ ਨਹੀਂ ਕਿ ਪਰਸੂ ਗੌਣ ਲਾਪਾ ਤੂੰ ਬਹੁਤ ਮਸ਼ਹੂਰ ਹੋ ਜਾਣਾ ਕਿ ਤੇ ਉਹ ਗੁੱਸੇ ਹੋ ਕੇ ਆਪਣੇ ਹਸਬੰਦ ਨੂੰ ਛੱਡ ਕੇ ਚਲ ਜਾਂਦੀ ਹੈ ਕਲੱਬਾਂ ਦੇ ਵਿੱਚ ਗੌਣ ਲਾ ਪੈਂਦੀ ਹੈ ਥੋੜੀ ਚਿਰ ਬਾਅਦ ਉਹਦਾ ਸਰਦਾ ਨਹੀਂ ਹੈਗਾ ਤੇ ਜੋ ਪਹਿਲਾਂ ਪੈਸੇ ਦਿੰਦੇ ਸੀਗੇ ਹੁਣ ਉਹ ਇੰਨਾ ਨਹੀਂ ਸਮਝਦੇ ਹੈਗੇ ਇੰਨਾ ਨਹੀਂ ਚਾਹੁੰਦੇ ਹੈਗੇ ਸੋ ਉਹ ਸੌਣਨਾ ਨਹੀਂ ਚਾਹੁੰਦੇ ਹੈਗੇ ਫਿਰ ਉਹ ਖਰਾਬ ਕੰਮ ਵੀ ਕੰਮ ਕਰਨਾ ਪੈਂਦੀ ਆ ਫਿਰ ਉਹ ਕਹਿੰਦਾ ਹੌਲੀ ਹੌਲੀ ਸ਼ੈਤਾਨ ਥੱਲੇ ਨੂੰ ਆਉਣ ਲਾ ਪੈਂਦਾ ਫੇਰ ਯਿਸੂ ਮਸੀਹ ਉਹ ਦਿਖਾ ਲਾਇਆ ਕਹਿੰਦਾ ਮੈਂ ਕਾਜ਼ਮੀ ਨੂੰ ਉਹਦੇ ਕੋਲ ਭੇਜਿਆ ਜੇ ਤੂੰ ਤੋਬਾ ਕਰ ਲਉਂਗੀ ਪਰਮੇਸ਼ਰ ਤੈਨੂੰ ਮਾਫ ਕਰ ਦੇਊਗਾ ਤੂੰ ਹੁਣ ਵੀ ਤੋਬਾ ਕਰਕੇ ਤੇ ਆਪਣੇ ਹਸਬੰਦ ਦੇ ਕੋਲ ਮੁੜ ਜਾ ਮੁੜ ਕੇ ਆਪਣੀ ਸੇਵਾ ਵਿੱਚ ਜਾ ਕੇ ਲੱਗ ਜਾ ਤੇ ਉਹ ਕਹਿੰਦਾ ਜਦੋਂ ਉਹਨਾਂ ਬੈਠਾ ਉਹ ਗੱਲਾਂ ਕਰਦਾ ਆ ਜਿਹੜਾ ਪਰਮੇਸ਼ਰ ਨੇ ਆਦਮੀ ਭੇਜਿਆ ਤੇ ਉਹ ਬਹੁਤ ਰੋਂਦੀ ਆ ਉਹ ਕਹਿੰਦੀ ਹਾਂ ਮੇਕੋ ਗਲਤੀ ਹੋ ਗਈ ਤੇ ਮੈਂ ਮੁੜ ਜਾਣਾ ਮੈਂ ਮੁੜ ਕੇ ਫੇ ਆਪਣਾ ਜੀਵਨ ਸੁਧਾਰ ਲੈਣਾ ਪਰ ਜਦੋਂ ਉਹ ਦੱਸ ਕੇ ਜਾਂਦਾ ਆਦਮੀ ਉਹ ਮੁੜ ਕੇ ਫਿਰ ਹੋਈ ਕੰਮ ਕਰਨਾ ਪੈਂਦਾ ਫੇ ਇਹ ਕਹਿੰਦਾ ਮੈਨੂੰ ਜੀਜ਼ਸ ਨੇ ਦਿਖਾ ਲਿਆ ਤਿੰਨ ਵਾਰੀ ਉਹਨੇ ਭੇਜਿਆ ਪਰਮਿਸ਼ਨ ਨੇ ਤੇ ਤਿੰਨੇ ਵਾਰੀ ਉਹ ਰੋ ਰੋ ਕੇ ਕਹਿੰਦੀ ਆ ਮੈਂ ਮੁੜ ਜਾਣਾ ਮੈਂ ਹੁਣ ਹੁਣ ਨਹੀਂ ਇਹ ਕੰਮ ਕਰਨਾ ਹੈਗਾ ਫੇ ਇਹ ਕਹਿੰਦਾ ਚੌਥੀ ਵਾਰੀ ਪਰਮਿਸ਼ਨ ਨੇ ਭੇਜਿਆ ਤੇ ਉਹ ਗਾਲਾਂ ਕੱਢਣਾ ਪੈਂਦੀ ਆ ਤੂੰ ਕੌਣ ਹੁੰਦਾ ਮੈਨੂੰ ਦੱਸਾਂ ਬੜਾ ਤੇ ਬਹੁਤ ਉਹਨੂੰ ਹੁਣ ਕਹਿੰਦਾ ਜਦੋਂ ਮੈਂ ਦੇਖਦਾ ਆ ਉਹ ਜਿਹੜਾ ਭੂਤ ਪਹਿਲਾਂ ਮੋਢੇ ਤੇ ਬੈਠਾ ਸੀ ਫਿਰ ਉਹਨੇ ਸਿਰ ਫੜਿਆ ਸੀ ਹੁਣ ਕਹਿੰਦਾ ਉਹਦੇ ਦਿਲ ਦੇ ਵਿੱਚ ਆ ਗਿਆ ਤੇ ਕਹਿੰਦਾ ਜਦੋਂ ਮੈਨੂੰ ਜੀਸਸ ਇਹ ਦਿਖਾ ਕੇ ਹਟਿਆ ਕਹਿੰਦਾ ਮੈਂ ਕਿਹਾ ਪ੍ਰਭੂ ਤੂੰ ਚਾਹਨਾ ਮੈਂ ਇਹਨੂੰ ਕੱਢ ਦਵਾਂ ਓਕੇ ਕਹਿੰਦਾ ਜੀਸਸ ਨੇ ਕੁਝ ਕਿਹਾ ਜਿਹਦਾ ਕਹਿੰਦਾ ਜਿੰਨਾ ਮੈਂ ਕਹਿੰਦਾ ਸ਼ੌਕਟ ਹੋ ਗਿਆ ਜੀਸਸ ਕਹਿੰਦਾ ਤੂੰ ਕੱਢ ਨਹੀਂ ਸਕਦਾ ਕਹਿੰਦਾ ਮੈਂ ਕਿਹਾ ਜੀਸਸ ਤੂੰ ਹੀ ਤਾਂ ਉਹਨੂੰ اختیار ਦਿੱਤਾ ਮੈਂ ਤਾਂ ਜਿਹੜੇ ਮਰਜੀ ਭੂਤ ਨੂੰ ਕੱਢ ਸਕਦਾ ਫੇ ਕਹਿੰਦਾ ਜੀਸਸ ਨੇ ਇੱਕ ਹੋਰ ਵੀ ਸਟੇਟਮੈਂਟ ਕਿਹਾ ਮੈਂ ਉਹ ਤੋਂ ਵੀ ਜ਼ਿਆਦਾ ਸ਼ੌਕ ਹੋ ਗਿਆ ਜੀਸਸ ਕਹਿੰਦਾ ਮੈਂ ਵੀ ਨਹੀਂ ਕਰ ਸਕਦਾ ਕਹਿੰਦਾ ਪ੍ਰਭੂ ਜੀ ਮੈਂ ਨਹੀਂ ਬੰਦਾ ਹੈਗਾ ਤੁਸੀਂ ਤਾਂ ਜੋ ਕੁਝ ਮਾਜੀ ਕਰ ਸਕਦੇ ਆ ਉਹ ਕਹਿੰਦਾ ਨਹੀਂ ਮੈਂ ਉਹਦੀ ਮਾਜੀ ਦੇ ਖਿਲਾਫ ਨਹੀਂ ਕੁਝ ਵੀ ਕਰ ਸਕਦਾ ਹੈਗਾ ਪਰਮੇਸ਼ਰ ਨੇ ਆਪਾਂ ਨੂੰ ਖੁੱਲੀ ਮਾਜੀ ਦਿੱਤੀ ਹੋਈ ਆ ਉਹਨੇ ਉਹ ਰਸਤਾ ਚੁਣ ਲਿਆ ਹੁਣ ਉਹ ਕਹਿੰਦਾ ਕਰਕੇ ਉਹਦੇ ਦਿਲ ਵਿੱਚ ਆ ਗਿਆ ਉਹਦੇ ਵਿੱਚ ਕੋਈ ਮਾਫੀ ਨਹੀਂ ਹੈਗੀ ਉਹਦੇ ਵਾਸਤੇ ਫਿਰ ਉਹ ਪੁੱਛਿਆ ਜੀਸਸ ਨੂੰ ਮੈਨੂੰ ਦਿਖਾ ਲਿਆ ਫਿਰ ਤੁਸੀਂ ਕਹਦੇ ਆ ਉਹ ਕਹਿੰਦਾ ਮੈਂ ਤੈਨੂੰ ਇਹਸ ਕੰਮ ਦਿਖਾ ਲਿਆ ਕਰਕੇ ਉਹਦੇ ਹਸਬੰਦ ਨੂੰ ਟੈਲੀਫੋਨ ਕਰਦੀ ਆ ਤੇ ਉਹ ਕਹਿੰਦੀ ਵੀ ਤੂੰ ਬਹੁਤ ਵਧੀਆ ਸੇਵਾ ਇੱਥੇ ਕਰਦਾ ਆ ਮੈਂ ਤੇਰੀ ਡੌਂਡੀ ਪੜਦੇ ਨਹੀਂ ਮੈਂ ਕਿਹਾ ਮੈਂ ਦੱਸ ਦੇਣਾ ਮੈਂ ਇਹਦੀ ਵਾਈਫ ਆ ਮੈਂ ਹੁਣ ਇਦਾਂ ਦੇ ਕੰਮ ਕਰਦੀ ਆ ਤੇ ਤੇਰੀ ਬਹੁਤ ਬੇਇੱਜ਼ਤੀ ਹੋਣੀ ਆ ਤੇ ਉਹ ਕਹਿੰਦਾ ਵਿਚਾਰਾ ਡਰਦਾ ਰਹਿੰਦਾ ਆ ਵੀ ਪਤਾ ਨਹੀਂ ਉਹਨੇ ਕਦੋਂ ਮੇਰਾ ਨਾਮ ਖਰਾਬ ਕਰ ਲਾ ਪੈਣਾ ਤੇ ਫਿਰ ਉਹ ਪੁੱਛਦਾ ਕਹਿੰਦਾ ਜੀਸਸ ਨੂੰ ਕਹਿੰਦਾ ਫੇ ਮੈਂ ਕੀ ਕਰਾਂ ਕਿੰਦਾ ਉਹਦਾ ਉਹਨੂੰ ਟੈਲੀਫੋਨ ਕਰ ਫਿਰ ਜੀਜ਼ਸ ਉਹਨੂੰ ਟੈਲੀਫੋਨ ਵੀ ਉਹਦਾ ਦਿੱਤਾ ਉਹਨੂੰ ਟੈਲੀਫੋਨ ਕਰ ਉਹਦੇ ਨਾਲ ਗੱਲ ਨਾ ਕਰੀ ਉਹ ਭੂਤ ਨੂੰ ਭੂਤ ਨੂੰ ਝਟਕੀ ਮੇਰੇ ਨਾਂ ਦੇ ਵਿੱਚ ਜੀਜ਼ਸ ਕਹਿੰਦਾ ਉਹਨੂੰ ਕਹੀਂ ਮੁੜ ਕੇ ਇਹਦੇ ਹਸਬੰਦ ਨੂੰ ਟੈਲੀਫੋਨ ਨਹੀਂ ਕਰਨਾ ਹੈਗਾ ਫਿਰ ਕਿੰਦਾ ਬੱਸ ਇਹ ਨਹੀਂ ਕਰਨਾ ਪੈਣ ਕਹਿੰਦਾ ਹਾਂ ਕਹਿੰਦਾ ਜੀ ਕਹਿੰਦਾ ਜੀਜ਼ਸ ਜੀ ਇੱਕ ਵਾਰੀ ਕਹਿੰਦਾ ਮੈਨੂੰ ਫੇਰ ਸਮਝਾਇਓ ਉਹ ਕਹਿੰਦਾ ਟੈਲੀਫੋਨ ਕਰਕੇ ਉਹਨੂੰ ਕਹੀਂ ਉਹ ਉਹਦੇ ਨਾਲ ਗੱਲ ਨਾ ਕਹੀ ਪੁੱਤ ਦੇ ਨਾਲ ਗੱਲ ਕਰੀ ਉਹਨੂੰ ਕਹੀ ਮੁੜ ਕੇ ਤੂੰ ਇਸ ਹਸਬੰਦ ਨੂੰ ਮੁੜ ਕੇ ਇਹਨੂੰ ਟੈਲੀਫੋਨ ਨਹੀਂ ਕਰ ਸਕਦਾ ਹੈਗਾ ਉਹ ਕਹਿੰਦਾ ਹਾਂਜੀ ਉਹਨੇ ਟੈਲੀਫੋਨ ਚੱਕਿਆ ਟੈਲੀਫੋਨ ਕੀਤਾ ਮੋਰੇ ਉਹ ਬੁੜੀ ਨੇ ਚੱਕਿਆ ਤੇ ਉਹ ਪੁੱਤ ਨੂੰ ਕਹਿੰਦਾ ਮੈਂ ਤੈਨੂੰ ਹੁਕਮ ਦਿੰਦਾ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੂੰ ਮੁੜ ਕੇ ਇਸ ਲੇਡੀ ਦੇ ਹਸਬੰਦ ਨੂੰ ਟੈਲੀਫੋਨ ਨਹੀਂ ਕਰਨਾ ਹੈਗਾ ਬਸ ਉਹ ਕਹਿੰਦਾ 2 ਸਾਲ ਬਾਅਦ ਵੀ ਮੈਂ ਉਹਦੇ ਚਰਚ ਵਿੱਚ ਪ੍ਰਚਾਰ ਕਰਨ ਆਇਆ ਸੀ ਮੈਂ ਆਦਮੀ ਨੂੰ ਪੁੱਛਿਆ ਉਹ ਕਹਿੰਦਾ ਨਾ ਉਹ ਮੁੜ ਕੇ ਆਈ ਆ ਨਾ ਉਹਦੇ ਕਦੇ ਟੈਲੀਫੋਨ ਆਇਆ ਸੱਚੀ ਸਾਡੇ ਕੋਲ اختیار ਹੈਗਾ ਆ ਪਰ ਉਹ ਘੂਤਾਂ ਦੇ ਉੱਤੇ ਆ ਲੋਕਾਂ ਦੀ ਵਿਲ ਦੇ ਉੱਤੇ ਨਹੀਂ ਹੈਗਾ ਸੋ ਇੱਥੇ ਸਾਨੂੰ ਦੱਸਦਾ ਹੈ ਕੌਣ ਪਾਪ ਕਰ ਸਕਦਾ ਇਹ ਆਪਾਂ ਕੀ ਕਹਿੰਦੇ ਸੀ ਉਹ ਲੇਡੀ ਬੋਨਗਨ ਸੀਗੀ ਯਾ ওকে ਉਹਨੇ ਹੋਲੀ ਸਪ੍ਰਿਟ ਦਾ ਬੈਪਟਿਸਮ ਪਾਇਆ ਸੀ ਪ੍ਰਭੂ ਦੇ ਬਚਨ ਨੂੰ ਜਾਣਦੀ ਸੀਗੀ ਪਰ ਫੇ ਵੀ ਦੇਖੋ ਪ੍ਰਭੂ ਨੇ ਕਿੰਨੀ ਉਹਨੂੰ ਵਾਰੀ ਚਾਂਸ ਦਿੱਤਾ ਮੁੜ ਕੇ ਆਉਣ ਦਾ ਪਰ ਫੇ ਵੀ ਉਹ ਨਹੀਂ ਗਈ ਗਈ ਕੇ ਸੋ ਇੱਥੇ ਆਪਾਂ ਦੇਖਦੇ ਆ ਜਿੰਨਾ ਚਿਰ ਅਸੀਂ ਤੋਬਾ ਕਰ ਸਕਦੇ ਆ ਹਣੋ ਤੋਬਾ ਨਹੀਂ ਕਰਨਾ ਚਾਹੁੰਦੀ ਹੈਗੀ ਉਹ ਕਹਿੰਦੀ ਉਹ ਸਹੀ ਆ ਤੁਸੀਂ ਗਲਤ ਆ ਕੇ ਹੁਣ ਕੀ ਹੋਇਆ ਹੁਣ ਸ਼ੈਤਾਨ ਨੇ ਉਹਨੂੰ ਇਹਨੇ ਪੂਰੇ ਆਪਣੇ ਕੰਟਰੋਲ ਦੇ ਵਿੱਚ ਕੀਤਾ ਸੋ ਇੱਥੇ ਆਪਾਂ ਦੇਖ ਰਹੇ ਹਾਂ ਜੋ ਆਪਾਂ ਨੂੰ ਦੱਸਦੀ ਹੈ ਤੇ ਆਪਾਂ ਹੁਣ 7 ਤੇ 8 ਆਪਾਂ ਹਬਰਾਨੀਆਂ ਦੀ ਛੇਵਾਂ ਚੈਪਟਰ 7 ਤੇ 8 ਆਇਤ ਪੜ੍ਹਨ ਲੱਗੇ ਆਂ ਵੀ ਗੋਨ ਟੂ ਰੀਡ ਹੀਬਰੂਸ ਚੈਪਟਰ 6 ਵੇਸ 7 ਐਂਡ 8 ਹਾਂਜੀ ਹਬਰਾਨੀਆਂ ਛੇ ਛੇਵਾਂ ਚੈਪਟਰ ਹਾਂਜੀ ਸਾਡੀ ਵਿੱਚ ਪਸਾਰ ਛੇਵਾਂ ਚੈਪਟਰ 7 ਤੇ 8 ਆਇਤ ਜਿਹੜੀ ਪਉ ਉਸ ਵਰਖਾ ਨੂੰ ਜੋ ਉਸ ਉੱਤੇ ਬਾਰ-ਬਾਰ ਪੈਂਦੀ ਇਹ ਪੜ੍ਹਨ ਹਾਂਜੀ ਪੰਦੀ ਹੈ ਪੀ ਗਈ ਅਤੇ ਜਿਨ੍ਹਾਂ ਲਈ ਬਾਹੇ ਜਾਂਦੀ ਹੈ ਉਹਨਾਂ ਦੇ ਜੋਗ ਸਾਗਪਤ ਉਗਉਂਦੀ ਹੈ ਉਹ ਪਰਮੇਸ਼ਰ ਉਹ ਨੂੰ ਪਰਮੇਸ਼ਰ ਤੋਂ ਵਰ ਮਿਲਦਾ ਹੈ ਪਰ ਜੇ ਉਹ ਕੰਡਿਆਲੀਆਂ ਅਤੇ ਪਖੜੇ ਉਤਪਤ ਕਰੇ ਤਾਂ ਅਪਰਵਾਨ ਹੁੰਦੀ ਅਤੇ ਸਾਫੇ ਜਾਣ ਦੇ ਨੇੜੇ ਹੈ ਜਿਹਦਾ ਅੰਤ ਭਸਮ ਕੀਤਾ ਜਾਣਾ ਹੈ ਆਮੀਨ ਸੱਚੀ ਜਦੋਂ ਪਰਮੇਸ਼ਰ ਨੇ ਸਾਨੂੰ ਬੋਨੈਗਨ ਕੀਤਾ ਜਦੋਂ ਉਹ ਆਪਣੀ ਕਿੰਗਡਮ ਵਿੱਚ ਲਿਆਂਦਾ ਜਦੋਂ ਉਹ ਸਾਨੂੰ ਗਿਫਟਸ ਦਿੱਤੀਆਂ ਜਦੋਂ ਅਸੀਂ ਉਹਦੇ ਬੱਚਨ ਨੂੰ ਜਾਣਨ ਲੱਪਿਆਂ ਹੁਣ ਅਸੀਂ ਇੱਕ ਫਲ ਲਿਆ ਰਹੇ ਹਾਂ ਓਕੇ ਬਹੁਤ ਵਧੀਆ ਬਲੇਸਿੰਗ ਦਾ ਫਲ ਆ ਜਿਹੜਾ ਅਸੀਂ ਦੂਸਰਿਆਂ ਨੇ ਵੀ ਵੰਡ ਸਕਦੇ ਆ ਅਮਨ ਪਰ ਜੇ ਅਸੀਂ ਮੁੜ ਕੇ ਫੇ ਉਹ ਜਿਹੜੇ ਕੰਡੇ ਆ ਜਿਹੜੇ ਜਿਹੜੀਆਂ ਕਿਸੇ ਕੰਮ ਦੀਆਂ ਚੀਜ਼ਾਂ ਨਹੀਂ ਹੈਗੀਆਂ ਉਹਨਾਂ ਦੇ ਵਿੱਚ ਫੇ ਪੈ ਗਏ ਆ ਜਿਹੜੇ ਸਰਾਫ ਆ ਅਸੀਂ ਮੁੜ ਕੇ ਫੇ ਉਹਨਾਂ ਦੇ ਵਿੱਚ ਪੈ ਗਏ ਆ ਫੇ ਉਹ ਕਹਿੰਦਾ ਅਸੀਂ ਇੱਕ ਅੱਗ ਦੇ ਵਿੱਚ ਇਹ ਲੂ ਹੋਣਾ ਹੈ ਸਾਨੂੰ ਬਹਿ ਨਹੀਂ ਕੀਤਾ ਜਾਣਾ ਹੈ ਬਹੁਤ ਖਤਰਨਾਕ ਚੀਜ਼ ਹੈ ਬਹੁਤ ਦਰਦ ਦੇ ਨਾਲ ਦੱਸਣਾ ਪੈਂਦਾ ਹੈ ਪਰ ਇਹ ਸਚਾਈ ਸਾਨੂੰ ਦੱਸਣ ਦੀ ਜ਼ਰੂਰਤ ਹੈ ਜੇ ਇਸ ਵੇਲੇ ਪਰਮੇਸ਼ਰ ਤੁਹਾਡੇ ਨਾਲ ਗੱਲ ਕਰ ਰਿਹਾ ਹੈ ਤੁਹਾਨੂੰ ਤੋਬਾ ਕਰਨ ਦੀ ਜ਼ਰੂਰਤ ਹੈ ਤੇ ਤੁਸੀਂ ਤੁਹਾਡੇ ਅੰਦਰ ਇਹਦਾ ਮਤਲਬ ਹੱਲੇ ਵੀ ਤੁਹਾਨੂੰ ਰੂਹ ਆਤਮਾ ਕਹਿੰਦਾ ਹੈ ਤੋਬਾ ਕਰੋ ਤੇ ਤੁਹਾਡੇ ਕੋ ਤੋਬਾ ਹੋ ਸਕਦੀ ਹੈ ਸਤਾਂ ਜੋ ਕੁਸ਼ਮਰਜੀ ਕਹਿ ਸਕਦਾ ਆ ਪਰ ਜੇ ਤੁਸੀਂ ਗਿਲਟੀ ਫੀਲ ਕਰਦੇ ਆ ਇਹਦਾ ਮਤਲਬ ਤੁਸੀਂ ਤੋਬਾ ਕਰ ਸਕਦੇ ਆ ਸੋ ਸਾਨੂੰ ਬਹੁਤ ਸਾਨੀ ਕਲੀਅਰਲੀ ਦੱਸ ਰਿਹਾ ਆ ਇਸ ਚੈਪਟਰ ਦੇ ਵਿੱਚੋਂ ਹੈਬਰਾਨੀਅਨ ਚੈਪਟਰ 6 ਵਰਸ 9 ਤੋਂ 12 ਵੀ ਆਪਾਂ ਪੜ੍ਹਾਂਗੇ ਹਾਂਜੀ ਹੈਬਰਾਨੀਅਨ 6ਮਾ ਚੈਪਟਰ 9 ਤੋਂ ਲੈ ਕੇ 12 ਤੱਕ ਪਰ हे ਪਿਆਰਿਓ ਭਾਵੇਂ ਅਸੀਂ ਇਉਂ ਆਖਦੇ ਆ ਪਰ ਤੁਹਾਡੀ ਵੱਲੋਂ ਸਾਨੂੰ ਇਹਨਾਂ ਨਾਲੋਂ ਅੱਛੀਆਂ ਗੱਲਾਂ ਦੀ ਆਸ ਹੈ ਅਤੇ ਉਹਨਾਂ ਦੀ ਜੋ ਮੁਕਤੀ ਨਾਲ ਸਰਬੰਧ ਰੱਖਦੀਆਂ ਹਨ ਕਿਉਂ ਜੋ ਪਰਮੇਸ਼ਰ ਕਨਿਆਈ ਨਹੀਂ ਜੋ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜਿਹੜਾ ਤੁਸੀਂ ਉਹਦੇ ਨਾਮ ਨਾਲ ਵਿਖਾਇਆ ਭਈ ਤੁਸੀਂ ਸੰਤਾਂ ਦੀ ਸੇਵਾ ਕੀਤੀ ਨਾਲੇ ਕਰਦੇ ਵੀ ਹੋ ਅਤੇ ਅਸੀਂ ਚਾਹੁੰਦੇ ਹਾਂ ਜੋ ਤੁਹਾਡੇ ਵਿੱਚੋਂ ਹਰੇਕ ਹਰੇਕ ਆਸ ਦੀ ਭਰਪੂਰੀ ਲਈ ਅੰਤ ਤੋੜੀ ਉਹ ਜੈ ਯਤਨ ਕਰੇ ਤਾਂ ਜੋ ਤੁਸੀਂ ਆਲਸੀ ਨਾ ਹੋਵੋ ਸਭ ਉਹਨਾਂ ਦੀ ਰੀਸ ਕਰੋ ਜਿਹੜੇ ਨੇਚਾ ਅਤੇ ਤੀਰਸ ਦੇ ਰਾਹੀਂ ਵਾਇਤਾਂ ਦੇ ਅਧਿਕਾਰੀ ਹੁੰਦੇ ਹਨ ਆਮੇ ਸੱਚੀ ਜਦੋਂ ਅਸੀਂ ਪਰਮੇਸ਼ਰ ਵਾਸਤੇ ਚੰਗੇ ਕੰਮ ਕਰਦੇ ਆ ਉਹ ਕਹਿੰਦਾ ਮੈਂ ਭੁਲਾਉਂਦਾ ਨਹੀਂ ਹੈਗਾ ਇਹ ਚਿੱਤ ਉਹਨੂੰ ਚਿੱਤਾਈਆ ਉਹ ਬਹੁਤ ਕਿਰਪਾ ਬੜਾਇਆ ਤੇ ਬਹੁਤ ਕਿਰਪਾ ਦਿੰਦਾ ਆ ਸੋ ਇੱਥੇ ਉਹ ਕਹਿੰਦਾ ਨੇਚਾ ਦੇ ਨਾਲ ਪੇਸ਼ੀਐਂਸ ਦੇ ਨਾਲ ਕੰਮ ਕਰਦੇ ਰਹਿਣਾ ਜਿਸ਼ਤਾਨ ਤੁਹਾਨੂੰ ਸਤੋਂਦਾ ਆ ਤੇ ਤੁਸੀਂ ਤੁਹਾਨੂੰ ਪਤਾ ਹੱਲੇ ਠੀਕ ਆ ਓਕੇ ਜਦੋਂ ਤੁਹਾਡਾ ਫਰੈਂਡ ਬਣ ਗਿਆ ਆ ਫੇਰ ਹੀ ਠੀਕ ਹੈਗਾ ਸੋ ਇਥੇ ਸਾਨੂੰ ਬਹੁਤ ਕਲੀਅਰਲੀ ਸਮਝਾ ਰਿਹਾ ਆ ਜਿੰਨਾ ਚਿਰ ਹੋਲੀ ਸਪਿਰਿਟ ਸਾਨੂੰ ਕਨਵਿਕਟ ਕਰਦਾ ਪਾਪ ਤੋਂ ਸਾਨੂੰ ਪਤਾ ਅਸੀਂ ਠੀਕ ਆ ਜਦੋਂ ਸਾਨੂੰ ਕਨਵਿਕਟ ਕਰਨ ਉਹ ਹਟ ਜਾਂਦਾ ਆ ਫੇਰ ਅਸੀਂ ਖਤਰੇ ਦੇ ਵਿੱਚ ਆ ਕਾਕੇ ਯਹੂਨਾ ਦੇ ਵਿੱਚ ਉਹਦਾ 16ਵਾਂ ਚੈਪਟਰ ਜohn chapter 16 verse 8 verse 8 ਤੇ ਵਿੱਚ ਯਿਸੂ ਮਸੀਹ ਸਾਨੂੰ ਦੱਸਦਾ ਆ ਰੂਹ ਆਤਮਾ ਦਾ ਇਹੇ ਕੰਮ ਆ ਹਾਂਜੀ ਯਹੂਨਾ ਚੈਪਟਰ 16 ਤੇ ਉਹਦੀ ਅਚਮੀਆਂ ਇਹਦੇ ਵਿੱਚ ਲਿਖਿਆ ਅਤੇ ਉਹ ਆਣ ਕੇ ਜਗਤ ਨੂੰ ਪਾਪ ਧਰਮ ਔਰ ਨਿਆਂ ਦੇ ਵਿਕੇ ਕਾਇਲ ਕਰੇਗਾ ਤਾਂ ਹੀ ਉਹ ਸਾਨੂੰ ਕਹਿੰਦਾ ਸੀਗਾ ਵੀ ਜੇ ਰੂਹ ਆਤਮਾ ਦੇ ਖਿਲਾਫ ਅਸੀਂ ਪਾਪ ਕੀਤਾ ਫੇਰ ਕੀ ਹੋਣਾ ਉਹਨੇ ਸਾਨੂੰ ਕਨਵਿਕਟ ਕਰਨੋਂ ਹਟ ਜਾਣਾ ਉਨੇ ਸਾਨੂੰ ਦਸਰੋਂ ਹਟ ਜਾਣਾ ਸੀ ਪਾਪ ਕੀਤਾ ਫੇ ਅਸੀਂ ਨਰਕਾਂ ਨੂੰ ਜਾਣ ਵਾਲੇ ਹੋਣਾ ਆ ਪਰ ਜੇ ਹੱਲੇ ਵੀ ਉਹ ਸਾਨੂੰ ਦੱਸਦਾ ਇਹਦਾ ਮਤਲਬ ਰੂਹ ਆਤਮਾ ਤੁਹਾਨੂੰ ਛੱਡ ਕੇ ਨਹੀਂ ਗਿਆ ਹੈਗਾ ਹੱਲੇ ਵੀ ਤੁਹਾਡੇ ਕੋਲ ਕਨਵਿਕਸ਼ਨ ਆਉਂਦਾ ਆ ਰੂਹ ਆਤਮਾ ਹੱਲੇ ਵੀ ਤੁਹਾਨੂੰ ਕਨਵਿክት ਕਰਦਾ ਆ ਤੇ ਤੁਹਾਨੂੰ ਪਾਪ ਤੋਂ ਮਾਫੀ ਮੰਗਣ ਦੀ ਜ਼ਰੂਰਤ ਆ ਆਪਣੇ ਜੀਵਨ ਨੂੰ ਸੁਧਾਰਨ ਦੀ ਜ਼ਰੂਰਤ ਆ ਉਹਨੂੰ ਇਗਨੋਰ ਨਹੀਂ ਕਰਦਾ ਹੈਗਾ ਉਹਨੂੰ ਠਕਣਾ ਨਹੀਂ ਹੈਗਾ ਇਦਾਂ ਨਹੀਂ ਕਹਿਣਾ ਇਹ ਛੋਟਾ ਜਿਹਾ ਆ ਇਦਾਂ ਨਹੀਂ ਕਹਿਣਾ ਕੋਈ ਨਹੀਂ ਠੀਕ ਹੀ ਆ ਤੋਬਾ ਕਰਨ ਦੀ ਜਰੂਰਤ ਆ ਤਾਂ ਹੀ ਉਹ ਸਾਨੂੰ ਕਨਵਿਕਟ ਕਰਦਾ ਆ ਬਹੁਤ ਸੀਰੀਅਸ ਆ ਸਾਨੂੰ ਇਹ ਦੇਖਣ ਦੀ ਜਰੂਰਤ ਆ ਅਮਨ ਤੇ ਕ੍ਰਿੰਥੀਅਨਸ ਵਿੱਚ ਐਸਟਰਾ ਦੂਸਰੇ ਸੈਕਿੰਡ ਕ੍ਰਿੰਥੀਅਨ ਚੈਪਟਰ 7 10ਵੇਂ ਆਇਤੇ ਵਿੱਚ ਇਦਾਂ ਦੱਸ ਲਾਇਆ ਹੂੰ ਦੂਜਾ ਕ੍ਰਿੰਥੀਅਨ ਚੈਪਟਰ 7 ਵਰਸ 10, 10 ਕਿਉਂ ਜੋ ਪਰਮੇਸ਼ਰ ਜੋਗ ਉਦਾਸੀ ਮੁਕਤੀ ਲਈ ਅਜਹੀ ਤੋਬਾ ਪੈਦਾ ਕਰਦਾ ਹੈ ਕਰਦੀ ਹੈ ਜਿਸ ਤੋਂ ਕੋਈ ਨਹੀਂ ਪਛਤਾਉਂਦਾ ਪਰ ਸੰਸਾਰ ਦੀ ਉਦਾਸੀ ਮੌਤ ਨੂੰ ਪੈਦਾ ਕਰਦੀ ਹੈ ਅਮਨ ਫੋਰ ਗੋਡਲੀ ਗਰੀਵ ਪ੍ਰੋਡਿਊਸਿਸ ਰਿਪੈਂਟੈਂਸ ওকে ਸੱਚੀ ਅਸੀਂ ਜੇ ਪਰਮੇਸ਼ਰ ਸਾਨੂੰ ਕਹਿੰਦਾ ਤੋਬਾ ਕਰਨ ਨੂੰ ਤੇ ਉਹ ਸਾਨੂੰ ਤੋਬਾ ਕਰਨੀ ਚਾਹੀਦੀ ਹੈ ਕਈ ਉਹ ਇਸ ਕੰਮ ਨੂੰ ਨਹੀਂ ਪਰ ਉਹ ਦੁਨੀਆ ਦੀ ਅਦਾਸੀ ਵਿੱਚ ਸੰਦਸਾਇਆ ਉਹਦੇ ਵਿੱਚ ਉਹ ਸਾਨੂੰ ਜਜਮੈਂਟ ਵਿੱਚ ਲੈ ਜਾਂਦੀ ਆ ਅਸੀਂ ਤੋਬਾ ਨਹੀਂ ਕਰਦੇ ਹੈਗੇ ਪਰ ਅਸੀਂ ਆਪਣੇ ਆਪ ਨੂੰ ਹਾਮ ਕਰ ਲਾ ਪੈਂਦੇ ਆ ਜਿੱਦਾਂ ਜੂਡਿਸ ਨੇ ਕੀਤਾ ਸੀ ਉਹ ਤੋਬਾ ਨਹੀਂ ਕੀਤੀ ਪਰ ਉਹ ਦੇਖ ਲਿਆ ਮੈਂ ਕੋਈ ਗਲਤੀ ਹੋ ਗਈ ਆ ਬਹੁਤ ਵੱਡੀ ਗਲਤੀ ਹੋ ਗਈ ਆ ਤੇ ਉਹ ਆਪਣੀ ਖੁਦਗੁਸ਼ੀ ਕਰ ਲੈਂਦਾ ਆ ਉਹ ਤੋਬਾ ਨਹੀਂ ਕਰਦਾ ਹੈਗਾ ਪਰ ਪਰਮੇਸ਼ੂ ਸਾਨੂੰ ਅੱਜ ਕਹਨ ਰਿਹਾ ਅੱਜ ਅਸੀਂ ਕਨਵਿਕਟਡ ਫੀਲ ਕਰਦੇ ਆ ਸਾਨੂੰ ਤੋਬਾ ਕਰਨ ਦੀ ਜ਼ਰੂਰਤ ਆ ਇਹਨੂੰ ਪਾਸ ਨਹੀਂ ਕਰਨਾ ਹੈਗਾ ਅੱਜ ਹੋ ਸਕਦਾ ਤੁਹਾਡੇ ਨਾਲ ਹੋਲੀ ਸਪਿਰਿਟ ਤੁਹਾਡੇ ਨਾਲ ਗੱਲਾਂ ਕਰਦਾ ਤੋਬਾ ਕੱਲ ਨੂੰ ਹੋ ਸਕਦਾ ਕੱਲ ਨੂੰ ਨਾ ਕਰੇ ਜੇ ਅੱਜ ਕਰਦਾ ਜਿੱਦਾਂ ਉਸ ਲੇਡੀ ਦੇ ਆਪਾਂ ਦੱਸਿਆ ਸੀ ਉਹ ਨੂੰ ਉਹ ਜਦੋਂ ਆਉਂਦੇ ਸੀ ਉਹ ਕਨਵਿਕਟ ਕਰਦਾ ਸੀਗਾ ਤੇ ਰੋ ਰੋ ਕੇ ਕਹਿੰਦੀ ਸੀ ਮੈਂ ਮੁੜ ਕੇ ਜਾਊਂਗੀ ਪਰ ਉਹ ਕਰਦੀ ਨਹੀਂ ਸੀਗੀ ਹੋ ਸਕਦਾ ਪਰਮੇਸ਼ਰ ਇਸ ਵੇਲੇ ਤੁਹਾਨੂੰ ਕਿਸੇ ਪਾਪ ਤੋਂ ਕਹਿ ਰਿਹਾ ਤੋਬਾ ਕਰਦੀ ਓਕੇ ਜਦੋਂ ਤੁਸੀਂ ਚਰਚ ਵਿੱਚ ਜੁੰਨੇ ਜਦੋਂ ਹੋਲੀ ਸਪਿਰਿਟ ਕਨਵਿਨਕ ਕਰਦਾ ਤੁਸੀਂ ਪ੍ਰੋਮਿਸ ਕਰਦੇ ਮੈਂ ਛੱਡ ਦੂੰਗਾ ਪਰ ਤੁਸੀਂ ਛੱਡਦੇ ਨਹੀਂ ਹੈਗੇ ਪਰ ਤੁਹਾਨੂੰ ਛੱਡਣ ਦਾ ਉਹ ਪਾਪ ਦੀ ਜ਼ਰੂਰਤ ਆ ਉਹਨੇ ਜ਼ਰੂਰ ਮੰਨ ਲਿਆ ਸੀ ਮੈਂ ਪਾਪ ਕੀਤਾ ਪਰ ਉਹਨਾਂ ਆਪਣੇ ਕੰਮ ਨਹੀਂ ਛੱਡੇ ਸੀਗੇ ਉਹ ਕਲੱਬਾਂ ਵਿੱਚ ਛੱਲੇ ਵੀ ਕੰਮ ਕਰਦੇ ਸੀ ਕੰਜਰਪੁਣਾ ਹੱਲੇ ਵੀ ਕਰਦੇ ਸੀਗੇ ਉਹਨੇ ਆਪਣੇ ਜੀਵਨ ਨੂੰ ਸੁਧਾਰਿਆ ਨਹੀਂ ਇਸ ਕਰਕੇ ਜਿਹੜਾ ਅਸੀਂ ਕਨਵਿਕਟਿਡ ਫੀਲ ਕਰਦੇ ਹਾਂ ਪਰ ਉਹਦੇ ਬਾਰੇ ਅਸੀਂ ਕੋਸ਼ਿਸ਼ ਕਰਦੇ ਨਹੀਂ ਹੈਗੇ ਉਹ ਸਾਨੂੰ ਜੱਜਮੈਂਟ ਵਿੱਚੋਂ ਲੈ ਜਾਣਾ ਸੋ ਬਹੁਤ ਖਤਨਾ ਚੀਜ਼ ਹੈ ਸਾਨੂੰ ਦੇਖਣ ਦੀ ਜਰੂਰਤ ਆ ਕਿ ਸਾਨੂੰ ਪਰਮੇਸ਼ਰ ਕਹਿ ਰਿਹਾ ਅਸੀਂ ਕਦੋਂ ਕਾਲੀ ਕਾਲੀ ਕਰੀਏ ਰਸੂਲਾਂ ਦੇ ਕੰਮ ਉਹਦਾ ਦੂਸਰਾ ਚੈਪਟਰ ਉਹਦੀ 37 ਅੱਜ ਦੇ ਵਿੱਚ ਜਦੋਂ ਪਤਰਸ ਪ੍ਰਚਾਰ ਕਰ ਰਿਹਾ ਆ ਲੋਕਾਂ ਦੇ ਦਿਲ ਸ਼ੈਦ ਹੁੰਦੇ ਉਹ ਕਨਵਿਕਟਿਡ ਫੀਲ ਕਰਦੇ ਆ ਤੇ ਉਹ ਫਿਰ ਪੁੱਛਦੇ ਐ assim ਕੀ ਕਰੀਏ ਓਕੇ ਸੋ ਇਹ ਆਪਾਂ 37 ਅੱਜ ਪਹਿਲਾਂ ਪੜ੍ਹਦੇ ਆਂ ਹਾਂਜੀ ਰਸੂਲਾ ਦੇ ਕੰਮ ਐਕਟਸ ਜਿਹਨੂੰ ਕਹਿੰਦੇ ਐ ਚੈਪਟਰ 2 ਵਰਸ 37 ਜਾਂ ਉਹਨਾਂ ਨੇ ਸੁਣਿਆ ਤਾਂ ਉਹਨਾਂ ਦੇ ਦਿਲ ਸਿੱਧ ਗਏ ਅਤੇ ਪਤਰਸ ਔਰ ਬਾਕੀ ਦੇ ਰਸੂਲਾ ਨੂੰ ਕਿਹਾ ਕਿ हे ਭਾਈਓ ਅਸੀਂ ਕੀ ਕਰੀਏ ਓਕੇ ਸੋ ਹੁਣ ਉਹਨਾਂ ਦੇ ਕਨਵਿਕਟਡ ਫੀਲ ਹੋਏ ਆ ਜਿੱਦਾਂ ਹੁਣ ਮੇਰੀ ਜਿਹੜੀ ਵਾਇਸ ਸੁਣ ਰਹੇ ਆ ਬਹੁਤ ਲੋਕੀ ਕਨਵਿਕਟਡ ਹੋ ਰਹੇ ਆ ਉਹਨਾਂ ਨੂੰ ਕੁਝ ਕਰਨ ਦੀ ਜ਼ਰੂਰ ਤੇ ਜੇ ਤੁਸੀਂ ਕੁਐਸਚਨ ਨਾ ਕੀਤਾ ਫੇਕ ਕੁਛ ਹੋਣਾ ਨਹੀਂ ਹੈਗਾ ਫਿਰ ਵੈਸ 38 ਦੇ ਵਿੱਚ ਪੀਟਰ ਦੱਸਦਾ ਕੀ ਕਰਨ ਦੀ ਜ਼ਰੂਰਤ ਹੈ ਤੇ ਤੁਸੀਂ ਵੀ ਇਦਾਂ ਹੀ ਕਰਨੀ ਆ ਹਾਂਜੀ ਹਾਂਜੀ 8ਵੀਂ ਆਏ ਜਾਨੀ ਕਿ 38 ਤਦ ਪਤਰਸ ਨੇ ਉਹਨਾਂ ਨੂੰ ਆਖਿਆ ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫੀ ਦੇ ਲਈ ਯਿਸੂ ਮਸੀਹ ਦੇ ਨਾਮ ਉੱਤੇ ਬਪਤੀਸਮਾ ਲਵੇ ਤਾਂ ਪਵਿੱਤਰ ਆਤਮਾ ਦਾ ਦਾਨ ਪਾਉਗੇ ਆਮਨ ਪੀਟਰ ਸੈਡ ਰਿਪੈਂਟ and be baptized every one of you in the name of Jesus Christ mm -hmm. for forgiveness of sins mm -hmm. and you will receive the gift of the holy spirit saanu toba kardi zarurat hai yeah. kai kehnde hunde age holy spirit me na gallan karda si hun oh karda ni hega mm -hmm. kise paap ton tuhanu toba kardi zarurat mm hai -hmm. jadon tusi toba kardi holy spirit tuhanu dasda kehde paap ton jadon tusi toba kardi hun thade naal pher mudke rasta bana lena pher thade nu kal da apna ਤੁਹਾਨੇ ਤੋਬਾ ਕਰਨ ਦੀ ਜੁਤੀ ਟਾਈਮ ਨਗਾਉਣਾ ਨਹੀਂ ਕਿਤੇ ਉਸ ਔਰਤ ਵਾਂਗ ਤੁਹਾਡਾ ਟਾਈਮ ਨਾ ਨਾ ਜਾਵੇ ਜਦੋਂ ਫਿਰ ਤੁਸੀਂ ਗਿਲਟੀ ਫੀਲ ਕਰਨੋਂ ਹਟ ਜਾਂਦੇ ਆ ਹੋ ਸਕਦਾ ਤੁਸੀਂ ਫੇਰ ਵੀ ਚਾਚ ਨੂੰ ਜਾਂਦੇ ਰਹੋ ਪਰ ਤੁਸੀਂ ਗਿਲਤੀ ਨਹੀਂ ਫੀਲ ਕਰਦੇ ਤੋਬਾ ਨਹੀਂ ਕਰਦੇ ਹੈਗੇ ਤੇ ਤੁਹਾਡੇ ਕੋ ਫੋਰਗਿਵਨੈਸ ਨਹੀਂ ਹੋਣੀ ਹੈਗੇ ਮਾਰਕਸ ਦੀ ਕਿਤਾਬ ਦੇ ਵਿੱਚ ਸੌਰੀ ਜੂਹਨਾ ਦੀ ਕਿਤਾਬ ਦੇ ਵਿੱਚ ਜੇ ਤੁਸੀਂ 3 ਤੀਸਰਾ ਚੈਪਟਰ 36 ਅੱਜ ਦੇ ਬਚਤਾਸਾ ਆ ਹਾਂ ਜਾਨ ਚੈਪਟਰ 3 ਵੇਸ 36 ਹਾਂਜੀ ਜਿਹੜਾ ਪੁੱਤਰ ਉੱਤੇ ਨਿੱਚਾ ਕਰਦਾ ਹੈ ਸਦੀਪਕ ਜੀਵਨ ਉਸ ਦਾ ਹੈ ਪਰ ਜੋ ਪੁੱਤਰ ਨੂੰ ਨਹੀਂ ਮੰਨਦਾ ਸੂਜੀ ਉਹ ਨਾ ਵੇਖੇਗਾ ਸਗੋ ਪਰਮੇਸ਼ੁਰ ਦਾ ਗਰੋਧ ਉਸ ਉਤੇ ਰਹਿੰਦਾ ਹੈ ਆਮਨ ਹੀ ਹੂ ਬਲੀਵਸ ਔਨ ਦਾ ਸਨ ਹਸ ਐਵਰ ਲਾਸਟਿੰਗ ਲਾਈਫ ਸੱਚੀ ਜੇ ਅਸੀਂ ਯਿਸੂ ਮਸੀਹ ਉੱਤੇ ਭਰੋਸਾ ਰੱਖਾਂਗੇ ਸਾਨੂੰ ਜਦ ਸਦਾ ਦਾ ਜੀਵਨ ਮਿਲਣ ਤਿਆਰ ਐਂਡ ਹੀ ਹੂ ਡਸ ਨਾਟ ਬਲੀਵ ਔਨ ਦਾ ਸਨ ਸ਼ਲ ਨਾਟ ਸੀ ਲਾਈਫ ਜਿੰਨੀ ਮਰਜੀ ਤੁਸੀਂ ਭਗਤੀ ਕਰਦੇ ਜਿੰਨੇ ਮਰਜੀ ਤੁਸੀਂ ਪਾਠ ਕਰਦੇ ਆ ਜਿੰਨਾ ਮਰਜੀ ਤੁਸੀਂ ਧਾਰਮਿਕ ਕਿਤਾਬਾਂ ਪੜ੍ਹਦੇ ਆ ਜੇ ਤੁਸੀਂ ਤੋਬਾ ਨਾ ਕੀਤੀ ਜੇ ਤੁਸੀਂ ਯਿਸੂ ਮਸੀਹ ਦੇ ਕੋਲ ਸਦਾ ਜੀਵਨ ਨਾ ਲਿਆ ਤੁਹਾਡੇ ਕੋਲ ਜੀਵਨ ਹੈ ਨਹੀਂਗਾ ਤੁਹਾਨੂੰ ਜਦੋਂ ਤੁਸੀਂ ਕੁਇਰ ਟਾਈਮ ਦੇ ਵਿੱਚ ਤੁਹਾਨੂੰ ਹੋਲੀ ਸਪ੍ਰਿੰਟ ਦੱਸਦੇ ਵੀ ਰਹਿਣਾ ਤੁਹਾਡੇ ਕੋਲ ਜੀਵਨ ਹੈ ਨਹੀਂਗਾ OK but the wrath of god abides on him ਪਰਮੇਸ਼ਰ ਦਾ ਕਰੋਦਾ ਤੇ ਤੁਹਾਡੇ ਉੱਤੇ ਆ ਲੰਮਕਦਾ ਆ ਪਤਾ ਨਹੀਂ ਕਦੋਂ ਆ ਜਾਣਾ ਹੈ ਤੁਸੀਂ ਉਹਨੂੰ ਸਕੇਪ ਕਰ ਸਕਦੇ ਹੋ ਉਸ ਤੋਂ ਬਚ ਸਕਦੇ ਆ ਪਰਮੇਸ਼ਰ ਨੇ ਰਸਤਾ ਬਣਾਇਆ ਆ ਰਿਜੈਕਟ ਨਹੀਂ ਕਰਨਾ ਹੈਗਾ ਐਕਸੈਪਟ ਕਰ ਲੈਣਾ ਅੱਜ ਤੁਹਾਡੇ ਵਾਸਤੇ ਮੌਕਾ ਆ ਕੱਲ ਦਾ ਸਾਨੂੰ ਪਤਾ ਨਹੀਂ ਕੱਲ ਨੂੰ ਕੀ ਹੋਣਾ ਆ ਅੱਜ ਪਰਮੇਸ਼ਰ ਨੇ ਤੁਹਾਨੂੰ ਕਹਿੰਦੇ ਅੱਜ ਤੋਬਾ ਕਰ ਲਓ ਅੱਜ ਉਹਨੂੰ ਆਪਣੇ ਜੀਵਨ ਸਾਧ ਲਓ ਜੇ ਤੁਸੀਂ ਬੈਕਸਲਿਡਨ ਹੋਏ ਆ ਅੱਜ ਆਪਣੇ ਪਾਪ ਮੰਗ ਕੇ ਮਾਫੀ ਮੰਗ ਕੇ ਅੱਜ ਫੇਓ ਤੋਂ ਉਹਦੇ ਕੋਲ ਨੂੰ ਲੱਗੇ ਆ ਜਾਓ ਰੂਹ ਆਤਮਾ ਨੇ ਬਾਈਬਲ ਪੜ੍ਹ ਲਾਪਾ ਬ੍ਰੇਕ ਲਾਪਾ ਰੂਹ ਆਤਮਾ ਨੇ ਮੁੜ ਕੇ ਫੇਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਲਾ ਪੈਣਾ ਅਮਨ ਮਾਰਕਸ ਦੀ ਕਿਤਾਬ ਵਿੱਚ ਵੀ ਸਾਨੂੰ ਦੱਸਦਾ ਹੈ ਬਹੁਤ ਕਲੀਅਰਲੀ 16ਵਾਂ ਚੈਪਟਰ ਮਾਰਕ ਚੈਪਟਰ 16 ਵਰਸ 15 ਐਂਡ 16 ਹਾਂਜੀ ਮਾਰਕਸ ਉਹਦਾ 16ਵਾਂ ਚੈਪਟਰ 15 ਤੇ 16 ਆਇਤ ਆਪਾਂ ਪੜ੍ਹਦੇ ਹਾਂ ਉਸਨੇ ਉਹਨਾਂ ਨੂੰ ਕਿਹਾ ਆਖਿਆ ਤੁਸੀਂ ਸਾਰੇ ਜਗਤ ਦੇ ਵਿੱਚ ਜਾ ਕੇ ਸਲਬਤ ਸ੍ਰਿਸ਼ਟੀ ਦੇ ਸਾਹਮਣੇ ਖੁਸ਼ ਕਬੀ ਦਾ ਪ੍ਰਚਾਰ ਕਰੋ ਜਿਹੜਾ ਨੇਚਾ ਕਰੇ ਅਤੇ ਬਖਤੀ ਸਮਾ ਲਵੇ ਉਹ ਬਚਾਇਆ ਜਾਵੇਗਾ ਪਰ ਜਿਹੜਾ ਪ੍ਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ ਐਂਡ ਹੀ ਸੈਡ ਟੂ ਥਮ ਗੋਇੰਗ ਟੂ 올 ਦਾ ਵਰਲਡ ਐਂਡ ਪ੍ਰੀਚ ਦਾ ਗੋਸਪਲ ਟੂ ਏਵਰੀ ਕ੍ਰੀਚਰ ਸੱਚੀ ਜਦੋਂ ਅਸੀਂ ਬਚਨ ਸੁਣਾਉਨੇ ਆ ਕਰਕੇ ਬਚਨ ਦੇ ਵਿੱਚ ਰੂਹ ਆਤਮਾ ਆ ਉਹ ਤੁਹਾਡੇ ਤੇ ਆ ਕੇ ਕਨਵਿਕਟ ਕਰਦਾ ਤੁਹਾਨੂੰ ਉਹ ਤੁਹਾਨੂੰ ਦੱਸਦਾ ਆ ਤੁਸੀਂ ਪਾਪ ਕੀਤਾ ਆ ਤੁਨ ਮਾਫੀ ਮੰਗਣ ਦੀ ਜ਼ਰੂਰਤ ਹੈ ਫਿਰ 16 ਮੈਂ ਕਹਿੰਦਾ ਹੀ ਹੂ ਬਲੀਵਸ ਐਂਡ ਹੀ ਇਸ ਬੈਪਟਾਈਜ਼ ਜਿਹੜਾ ਨੇਚਰ ਰੱਖੂਗਾ ਤਾਂ ਬੈਪਟਿਸਮ ਲਾਊਗਾ ਉਹ ਬਚਾਇਆ ਜਾਊਗਾ ਉਹ ਬਚਾਇਆ ਜਾਊਗਾ ਦੇ ਵਿਲ ਬੀ ਸੇਵਡ ਬਟ ਹੀ ਹੂ ਡਸ ਨੋਟ ਬਲੀਵ ਸ਼ਲ ਬੀ ਕੰਡੈਮਡ ਜਿਹੜਾ ਇਸ ਗੌਸਪਲ ਨੂੰ ਰਿਜੈਕਟ ਕਰ ਦੂਗਾ ਉਹ ਤੇ ਉੱਤੇ ਦੋਸ਼ ਲੱਗਿਆ ਉਹ ਰੈਡੀ ਕੰਡੈਮਡ ਹੋਇਆ ਹੋਇਆ ਹੈ ਉਹ ਰੈਡੀ ਨਰਕਾਂ ਨੂੰ ਜਾ ਰਿਹਾ ਹੈ ਪਰ ਤੁਹਾਡਾ ਪਿਤਾ ਨਹੀਂ ਚਾਹੁੰਦਾ ਹੈਗਾ ਤੁਸੀਂ ਨਰਕਾਂ ਨੂੰ ਜਾਓ ਪਰ ਮੇਸ਼ੂਰ ਪਿਤਾ ਨਹੀਂ ਚਾਹੁੰਦਾ ਹੈਗਾ ਤੁਸੀਂ ਨਰਕਾਂ ਨੂੰ ਜਾਓ ਉਹ ਚਾਹੁੰਦਾ ਤੁਸੀਂ ਬਚ ਜਾਓ ਉਹਨੇ ਰਾਹ ਬਣਾਇਆ ਅੱਜ ਸਾਨੂੰ ਜਵਾਬ ਦੇਣ ਦੀ ਜਰੂਰਤ ਆ ਅੱਜ ਸਾਨੂੰ ਉਹ ਦੱਸ ਰਿਹਾ ਆ ਅੱਜ ਸਾਨੂੰ ਨਹੀਂ ਹਾਂ ਜਾਂ ਨਹੀਂ ਕਹਿਣਾ ਪੈਣਾ ਜਾਂ ਨਾ ਕਹਿਣਾ ਪੈਣਾ ਜੇ ਅਸੀਂ ਕਹਿੰਨੇ ਅਸੀਂ ਕੁਝ ਨਹੀਂ ਕਹਿਣਾ ਤਾਂ ਮਤਲਬ ਅਸੀਂ ਨਾ ਆਲਰੇਡੀ ਕਿਹਾ ਆ ਸੋ ਅੱਜ ਸਾਨੂੰ ਕਹਿ ਰਿਹਾ ਆ ਆਪਾਂ ਮੁੜ ਕੇ ਫੇਰ ਦੇਖਦੇ ਆਂ लुका दी किताब ਦੇ ਵਿੱਚ ਉਹਦਾ 12ਵਾਂ ਚੈਪਟਰ ਉਹਦੀ 8 ਤੇ 9 ਅਯਤਾਂ ਪੜ੍ਹਾਂਗੇ ਲੋਕ ਚੈਪਟਰ 12 ਵਰਸ 8 ਐਂਡ 9 ਮੈਂ ਤੁਹਾਨੂੰ ਆਖਦਾ ਹਾਂ ਕਿ ਜੋ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਕਰਾਰ ਕਰੇ ਮਨੁੱਖ ਦਾ ਪੁੱਤਰ ਵੀ ਪਰਮੇਸ਼ਰ ਦੇ ਦੂਤਾਂ ਦੇ ਅੱਗੇ ਉਹਦਾ ਇਕਰਾਰ ਕਰੂਗਾ ਆਮਨ ਬਹੁਤ ਅਕ੍ਰੇਲੀ ਸਾਨੂੰ ਇਥੇ ਦੱਸ ਰਿਹਾ ਹੈ ਜੇ ਅਸੀਂ ਯਿਸੂ ਮਸੀਹ ਕਮਾਂਗੇ ਉਹ ਮੁਕਤੀ ਦਾਤਾ ਉਹਨੇ ਥਾਣੀ ਅਸੀਂ ਬਚ ਗਏ ਆ ਤੇ ਯੀਸੂ ਮਸੀਹ ਨੇ ਪਰਮੇਸ਼ਰ ਪਿਤਾ ਦੇ ਸਾਹਮਣੇ ਸਵਰਗਦੂਤਾਂ ਦੇ ਸਾਹਮਣੇ ਹੋਣ ਕੇਣਾ ਇਹ ਮੇਰੇ ਲੋਕ ਆ ਮੇਰੇ ਇਹ ਖੂਨ ਦੇ ਨਾਲ ਖਰੀਦਿਓ ਆ ਤੇ ਇਹਨਾਂ ਦੀ ਕੋ ਮੁਕਤੀ ਆ ਅਮਨ ਜੇ ਅਸੀਂ ਕਹਤਾ ਅਸੀਂ ਨਹੀਂ ਇਹਨੂੰ ਜਾਣਦੇ ਹੈਗੇ ਹਾਂਜੀ ਕਿੱਦਾਂ ਹੋ ਸਕਦਾ ਤੁਸੀਂ ਕੋਈ ਅਗਵਾਹੀ ਨਹੀਂ ਦੇ ਕਹਾਂ ਮੈਂ ਸੀਕ੍ਰੇਟਲੀ ਮੰਨਦਾ ਆ ਨਹੀਂ ਇੱਥੇ ਜੀਸਸ ਸੀਕ੍ਰੇਟਲੀ ਨਹੀਂ ਗੱਲ ਕਰ ਰਿਹਾ ਹੈਗਾ ਸਾਨੂੰ ਮੋਰੇ ਜਦੋਂ ਵੀ ਸਾਨੂੰ ਕੋਈ ਪੁੱਛਦਾ ਸਾਨੂੰ ਦਿਲਵਰੀ ਦੇ ਨਾਲ ਕਹਿਣਾ ਪੈਂਦਾ ਹਾਂ ਮੇਰਾ ਉੱਤੇ ਭਰੋਸਾ ਹੈ ਮੈਂ ਯਿਸੂ ਮਸੀਹ ਨਾਲ ਪਿਆਰ ਕਰਦਾ ਹਾਂ ਜੇ ਅਸੀਂ ਉਹਦਾ ਇਨਕਾਰ ਕਰਤਾ ਯਿਸੂ ਮਸੀਹ ਨੇ ਪਿਤਾ ਦੇ ਮੋਰੇ ਤੇ ਸਵਰਗ ਦੂਤਾਂ ਦੇ ਮੋਰੇ ਸਾਡਾ ਇਨਕਾਰ ਕਰ ਦੇਣਾ ਹੁਣ ਕਹਿਣਾ ਮੈਂ ਨਹੀਂ ਇਹਨਾਂ ਨੂੰ ਜਾਣਦਾ ਮੈਨੂੰ ਨਹੀਂ ਪਤਾ ਇਹ ਕੌਣ ਆ ਅਸੀਂ ਫਿਰ ਨਰਕ ਅਸੀਂ ਕਹਿਣਾ ਪ੍ਰਭੂ ਪ੍ਰਭੂ ਪਰ ਅਸੀਂ ਤਾਂ ਚਾਚੂ ਨੂੰ ਜਾਂਦੇ ਹੁੰਦੇ ਸੀ ਅਸੀਂ ਤਾਂ ਇਹ ਤੁਹਾਨੂੰ ਜਾਣਦੇ ਸੀਗੇ ਕਹਿਣਾ ਮੈਂ ਨਹੀਂ ਤੁਹਾਨੂੰ ਜਾਣਦਾ ਹੈਗਾ ਸੋ ਕੋਈ ਸੀਕ੍ਰੀਟ ਕੁਐਸਚਨ ਨਹੀਂ ਹੈਗਾ ਸਾਨੂੰ ਉਹਦਾ ਮੂੰਹੋਂ ਬੋਲ ਕੇ ਕਹਿਣਾ ਪੈਣਾ ਹਾਂ ਸਪੈਸ਼ਲੀ ਜਦੋਂ ਕੋਈ ਪੁੱਛਦਾ ਆ ਹਾਂਜੀ ਮੈਂ ਯਿਸੂ ਮਸੀਹ ਨੂੰ ਪਿਆਰ ਕਰਦਾ ਮੇਰਾ ਮੁਕਤੀਦਾਤਾ ਮੈਨੂੰ ਪਾਪਾਂ ਤੋਂ ਨੇ ਬਚਾਇਆ ਜਦੋਂ ਅਸੀਂ ਇਦਾਂ ਕਹਿੰਨੇ ਆ ਫਿਰ ਸੱਚੀ ਅਸੀਂ ਬਚ ਜੰਨੇ ਆ ਸੱਚੀ ਪਰਮੇਸ਼ਰ ਕਿਰਪਾ ਦੇ ਨਾਲ ਸਾਨੂੰ ਬਚਾ ਲੈਂਦਾ ਆ ਇਹ ਜਿਹੜਾ ਅੱਜ ਦਾ ਮੈਸੇਜ ਸਿਗਾ ਆਪਾਂ ਇੱਕ ਕੁਐਸਚਨ ਦਾ ਆਨਸਰ ਕਰਦੇ ਸੀ ਬਈ ਪਾਰਡਬਲ ਸਿੰਨ ਕਿਹੜੀ ਆ ਸੋ ਆਪਾਂ ਠੀ ਸ਼ੋਰਟ ਕਾਲੀ ਕਾਲੀ ਮੈਂ ਕੈਪ ਕੈਚ ਅਪ ਕੈਪ ਕੈਪ ਅਪ ਕਰਦਾ ਹਾਂ ਉਹਦਾ ਸਾਬ ਲੋਣਾ ਆ ਕੀ ਆ ਜਿਹੜਾ ਇਹ ਪਾਪ ਕਰ ਸਕਦਾ ਕੌਣ ਕਰ ਸਕਦਾ ਜਿਹੜੇ ਮੁਕਤੀ ਪਾਈ ਹੋਈ ਆ ਇਲਾਈਟਨਡ ਹੋਏ ਆ ਮੁਕਤੀ ਪਾਈ ਹੋਈ ਆ ਜਿਹਨੇ ਹੋਲੀ ਸਪੀਰਟ ਦਾ ਬੈਪਟਿਸਮ ਪਾਇਆ ਜਿਹਦੇ ਵਿੱਚ ਗਿਫਟਸ ਕੰਮ ਕਰਦੀਆਂ ਆ ਤੇ ਜਿਹੜਾ ਪ੍ਰਭੂ ਨੂੰ ਬਚਨ ਜਾਣਦਾ ਆ ਉਹੋ ਕਰ ਸਕਦੇ ਆ ਫਿਰ ਉਹਨਾਂ ਦਾ ਕੀ ਨਿਸ਼ਾਨਿਆ ਉਹਨੀ ਤੋਬਾ ਨਹੀਂ ਕਰਨੀ ਹੈਗੀ ਤੁਸੀਂ ਜਿੰਨਾ ਉਹਨੂੰ ਮਰਜੀ ਯਿਸੂ ਮਸੀਹ ਦੱਸੇ ਜਾ ਉਹਨੀ ਤੁਹਾਡੇ ਦੇਖਾਲ ਹਸਣਾ ਆ ਤੇ ਉਹਨੀ ਤੋਬਾ ਨਹੀਂ ਕਰਨੀ ਹੈਗੀ ਹੋ ਸਕਦਾ ਉਹਨੀ ਉਹ ਪਾਪ ਕਰ ਲਿਆ ਸੋ ਪਹਿਲਾਂ ਉਹ ਬਲੀਵਰ ਸੀਗੇ ਹੁਣ ਉਹ ਬੈਕਸਲਿਡਨ ਹੋ ਗਏ ਆ ਹੁਣ ਉਹ ਤੋਬਾ ਨਹੀਂ ਕਰਨਾ ਚਾਹੁੰਦੇ ਹੈਗੇ ਅਮੇਨ ਤੇ ਦੋ ਕੁ ਮਿੰਟ ਸਿਰ ਤੇ ਬੋਲੂਗੀ ਤਾਂ ਫਿਰ ਆਪਾਂ ਪ੍ਰੇ ਕਰਾਂਗੇ ਤੇ ਰੈਡੀ ਰਹੋ ਆਪਾਂ ਤੁਹਾਡੇ ਵਾਸਤੇ ਪ੍ਰੇ ਕਰੀਏ ਤੁਸੀਂ ਤੋਬਾ ਕਰਨੀ ਅੱਜ ਕਰ ਸਕਦੇ ਆ ਅੱਜ ਦਾ ਦਿਨ ਨੰਗਾ ਨਹੀਂ ਦੇਣਾ ਹੈਗਾ ਸਾਨੂੰ ਕੱਲ ਦਾ ਕੋਈ ਪਤਾ ਨਹੀਂ ਹੈਗਾ ਆਮਨ ਹਾਂਜੀ ਹਾਂਜੀ ਪਹਿਲੀ ਕੱਲ ਮੈਂ ਜਦੋਂ ਪਾਸਟਰ ਜੀ ਕਹਿੰਦੇ ਆ ਕਿ ਅਸੀਂ ਯਿਸੂ ਮਸੀਹ ਨੂੰ ਪੋਣਾ ਕਿੱਦਾਂ ਪੋਣਾ ਹੈ ਸਰੀਰ ਦੇ ਉੱਤੇ ਤਾਂ ਆਪਾਂ ਪਾ ਨਹੀਂ ਸਕਦੇ ਯਿਸੂ ਮਸੀਹ ਨੇ ਜੋ ਕੰਮ ਕੀਤਾ ਸੀ ਉਹਦਾ ਇਕਰਾਰ ਕਰਦੇ ਆਂ ਤੇ ਆਪਣੇ ਪਾਪਾਂ ਦਾ ਉਹਦੇ ਮੂਰੇ ਇਕਰਾਰ ਕਰਦੇ ਆ ਕਿ ਅਸੀਂ ਪਾਪੀ ਆ ਪਰ ਤੁਸੀਂ ਸਾਨੂੰ ਬਚਾ ਸਕਦੇ ਆ ਅਮਨ ਤੁਸੀਂ ਸਾਡੇ ਵਾਸਤੇ ਕਰਸ ਤੇ ਜਾਨ ਦਿੱਤੀ ਆ ਜਦੋਂ ਅਸੀਂ ਕਹਿੰਦੇ ਪਉਣਾ ਉਹਨੂੰ ਆਪਣੇ ਦਿਲ ਵਿੱਚ ਸੱਦਣਾ ਜੀ ਪਾਉਣ ਦਾ ਮਤਲਬ ਇਹੀ ਆ ਪਰ ਜਿਹੜੇ ਤਮਸੀ ਆ ਉਹ ਤਾਂ ਸਮਝ ਸਕਦੇ ਆ ਥੈਂਕ ਯੂ ਪਰ ਜਿਹੜੇ ਨਹੀਂ ਹਾਲੇ ਉਹਨਾਂ ਨੂੰ ਪਤਾ ਨਹੀਂ ਵੀ ਅਸੀਂ ਕਿੱਥੇ ਪਉਣਾ ਇਹਨੂੰ ਉਹਨਾਂ ਨੂੰ ਦਿਲ ਵਿੱਚ ਸੱਦਣਾ ਅਮਨ ਕਿ ਯਿਸੂ ਮਸੀਹ ਜੀ ਮੈਂ ਪਾਪਨ ਆ ਮੈਂ ਪਾਪੀ ਆ ਤੁਸੀਂ ਮੇਰੇ ਪਾਪ ਮਾਫ ਕਰੋ ਮੈਂ ਬੇਸ਼ੱਕ ਮੰਨਦੀ ਆ ਕਿ ਤੁਹਾਡੇ ਰਾਹੀਂ ਮੈਂ ਬਚ ਸਕਦਾ ਆ ਜਾਂ ਬਚ ਸਕਦੀ ਆ ਅਮਨ ਸੁਪਾਉਣ ਦਾ ਮਤਲਬ ਇਹੀ ਆ ਕਿ ਅਸੀਂ ਯਿਸੂ ਮਸੀਹ ਨੂੰ ਆਪਣੇ ਦਿਲ ਵਿੱਚ ਸੱਦਣਾ ਤੇ ਆਪਣੇ ਪਾਪਾਂ ਤੋਂ ਤੋਬਾ ਕਰਨੀ ਬਹੁਤ ਸੋਹਣਾ ਮੈਸੇਜ ਸਿਗਾ ਕਈ ਵਾਰੀ ਲੋਕੀ ਸੋਚਦੇ ਆ ਕਿ ਪਾਪ ਕਿਹੜਾ ਹੋਊਗਾ ਜਿਹੜਾ ਇਹ ਮੈਂ ਵੀ ਇਦਾਂ ਸੋਚਦੀ ਹੁੰਦੀ ਸੀ ਜਿਹੜਾ ਮਾਫ਼ ਨਹੀਂ ਹੋ ਸਕਦਾ ਤਾਂ ਕਿ ਯਿਸੂ ਮਸੀਹ ਨੇ ਤਾਂ ਕਿਹਾ ਮੈਂ ਤੁਹਾਡੇ ਸਾਰੇ ਪਾਪ ਮਾਫ਼ ਕਰ ਦਊਗਾ ਅੱਜ ਵੀ ਉਹਦਾ ਵਾਅਦਾ ਉਹੀ ਆ ਅੱਜ ਵੀ ਬਚਨ ਬਦਲਿਆ ਨਹੀਂ ਹੈਗਾ ਸੱਚਈਆ ਹਮੇਸ਼ਾ ਇੱਕੋ ਜਿਹਾ ਯਿਆ ਕਰਕੇ ਉਹਨਾਂ ਨੇ ਕੁਰਬਾਨੀ ਦੇ ਦਿੱਤੀ ਆ ਪਰ ਕਈ ਵਾਰੀ ਲੋਕੀ ਸਵਾਦ ਚੱਕ ਕੇ ਦੇਖ ਕੇ ਤਾਂ ਆਪਣਾ ਮੂੰਹ ਯਿਸੂ ਮਸੀਹ ਤੋਂ ਫੇਰ ਮੋੜ ਲੈਂਦੇ ਆ ਗੁਨਾਹਾਂ ਦੇ ਵਿੱਚ ਫੇਰ ਫਸ ਜਾਂਦੇ ਆ ਫੇਰ ਪੁਰਾਣੇ ਰਾਹ ਦੇ ਉੱਤੇ ਚੱਲ ਜਾਂਦੇ ਆ ਤੇ ਉਹ ਫੇਰ ਜਦੋਂ ਤੋਹਾ ਨਹੀਂ ਕਰਨਾ ਚਾਹੁੰਦੇ ਉਹਨਾਂ ਲਈ ਮਾਫੀ ਹੈ ਨਹੀਂਗੀ ਕਿਉਂਕਿ ਉਹਨੇ ਫੈਸਲਾ ਕਰ ਲਿਆ ਸੱਚਈਆ ਪਰਮੇਸ਼ਰ ਬਹੁਤ ਕਰਪਾਲੂ ਆ ਤੇ ਉਹਨਾਂ ਨੇ ਸਾਡੇ ਵਾਸਤੇ ਆਪਣਾ ਇਕਲੌਤਾ ਪੁੱਤਰ ਭੇਜਿਆ ਪਰ ਨਾਲ ਹੀ ਸਾਨੂੰ ਫ੍ਰੀ ਵਿਲ ਵੀ ਦਿੱਤੀ ਆ ਕਿ ਕੋਈ ਜੋਰਾ ਜਨ ਵੀ ਨਹੀਂ ਹੈਗੀ ਤੁਹਾਡੇ ਤੇ ਤੁਸੀਂ ਚੋਣ ਕਰਨੀ ਆ ਦੈਟਸ ਰਾਈਟ ਜੇ ਤੁਸੀਂ ਯਿਸੂ ਮਸੀਹ ਨੂੰ ਪਾ ਲਿਆ ਤੇ ਮੁੜ ਕੇ ਮੂੰਹ ਫੇਰ ਲਿਆ ਤੇ ਫੇਰ ਹੋਰ ਤੁਸੀਂ ਕਿਹਦੇ ਰਾਹ ਹੀ ਵੱਸ ਸਕਦੇ ਕਿਉਂਕਿ ਇੱਕੋ ਹੀ ਰਾਹ ਸਚਾਈ ਤੇ ਜੀਵਨ ਯਿਸੂ ਮਸੀਹ ਹੀ ਆ ਇਸ ਕਰਕੇ ਆਪਾਂ ਨੂੰ ਉਹਦੇ ਬੰਦ ਹੀ ਬਣੇ ਰਹਿਣ ਦੀ ਲੋੜ ਆ ਤੇ ਸੱਚੀ ਗੱਲ ਵਾ ਕਿ ਸਾਨੂੰ ਕਨਫੈਸ ਕਰਨਾ ਚਾਹੀਦਾ ਜਿੱਦਾਂ ਮੈਂ ਪਾਸਟਰ ਜੀ ਕਹਿੰਦੇ ਸੀਗੇ ਕਿ ਜੇ ਅਸੀਂ ਕਨਫੈਸ ਕਰਾਂਗੇ ਤਾਂ ਉਹ ਵੀ ਪਿਤਾ ਪਰਮੇਸ਼ਰ ਦੇ ਅੱਗੇ ਸਵਰਗਦੂਤਾਂ ਦੇ ਅੱਗੇ ਸਾਡੇ ਬਾਰੇ ਕਨਫੈਸ ਕਰੂਗਾ। ਅਮਨ ਕਦੀ ਆਪਾਂ ਵਿਆਹ ਕਰਾਇਆ ਮੈਨੂੰ ਲੱਗਦਾ ਤੁਸੀਂ ਵੀ ਕਰਾਇਆ ਮੈਂ ਵੀ ਕਰਾਇਆ। ਆਪਾਂ ਕਦੀ ਕਹਿੰਦੇ ਆ ਕਿ ਅਸੀਂ ਗੁੱਝਾ ਹੀ ਰੱਖਣਾ ਮੈਂ ਨਹੀਂ ਦੱਸਣਾ ਮੇਰੀ ਵਾਈਫ ਕੌਣ ਹੈ ਮੈਂ ਨਹੀਂ ਦੱਸਣਾ ਮੇਰਾ ਹਸਬੰਡ ਕੌਣ ਹੈ। ਜਾਂ ਜਦੋਂ ਸਾਡੇ ਬੱਚੇ ਹੁੰਦੇ ਕਦੀ ਅਸੀਂ ਇਦਾਂ ਕਿਹਾ ਕਿ ਅਸੀਂ ਨਹੀਂ ਦੱਸਣਾ। ਅਸੀਂ ਖੁਸ਼ੀ ਦੇ ਨਾਲ ਦੱਸਦੇ ਹਾਂ ਫਿਰ ਜੇ ਪਿਤਾ ਪਰਮੇਸ਼ਰ ਨੇ ਸਾਡੇ ਲਈ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਸਾਡੇ ਪਾਪ ਉਹਦੇ ਰਾਹੀਂ ਬਚਾਏ ਜਾਂਦੇ ਆ ਤੇ ਫਿਰ ਕਿਉਂ ਨਹੀਂ ਅਸੀਂ ਕੰਫੈਸ ਕਰਾਂਗੇ ਫਿਰ ਕਾਦਾ ਡਰਵਾ ਜੇ ਕੋਈ ਤੁਹਾਨੂੰ ਚੰਗਾ ਡਾਕਟਰ ਮਿਲ ਜਵੇ ਤੁਸੀਂ ਉਹਦੀ ਬੱਲੇ ਬੱਲੇ ਕਰਦੇ ਆ ਯਾ ਦੂਜਿਆਂ ਦੇ ਮੋਹਰੇ ਕੰਫੈਸ ਕਰਦੇ ਆ ਭਾਵੇਂ ਉਹ ਇੱਕੋ ਹੀ ਬਿਮਾਰੀ ਤੋਂ ਸ਼ਿਫਾ ਦੇਣ ਵਾਲਾ ਸਿਗਾ ਇਹ ਤਾਂ ਸਾਰੀਆਂ ਬਿਮਾਰੀਆਂ ਤੋਂ ਸ਼ਿਫਾ ਦੇਣ ਵਾਲਾ ਹੈ ਸਾਰੇ ਪਾਪਾਂ ਦੀ ਬਿਮਾਰੀਆਂ ਤੋਂ ਸ਼ਿਫਾ ਦੇਣ ਵਾਲਾ ਹੈ ਫੇ ਕਿਉਂ ਨਹੀਂ ਅਸੀਂ ਇਹਦਾ ਕੰਫੈਸ ਕਰਨਾ ਕਿਉਂ ਕਿਉਂ ਅਸੀਂ ਡਰਦੇ ਪਤਾ ਕਰਦੇ ਅਸੀਂ ਦੋ ਚਿੱਤੇ ਹਾਂ ਹਾਲੇ ਜਿਹੜਾ ਦੋ ਚਿੱਤੇ ਆ ਉਹਨਾਂ ਨੂੰ ਮਾਫੀ ਨਹੀਂ ਮਿਲਣੀ ਹੈਗੀ ਇਸ ਕਰਕੇ ਆਪਾਂ ਆਪਣਾ ਧਿਆਨ ਰੱਖਣਾ ਕਿ ਅਸੀਂ ਲੋਕਾਂ ਤੋਂ ਨਹੀਂ ਡਰਨਾ ਪਰ ਉਸ ਪਰਮੇਸ਼ਰ ਤੋਂ ਡਰਨਾ ਆ ਜਿਹੜਾ ਸਾਡੀ ਦੇਹੀ ਨੂੰ ਤੇ ਸਾਡੀ ਆਤਮਾ ਨੂੰ ਦੋਨੋਂ ਨੂੰ ਹੱਕ ਰੱਖਦਾ ਨਰਕਾਂ ਦੇ ਵਿੱਚ ਸੁੱਟਦਾ ਫੈਸਲਾ ਤੁਹਾਡੇ ਹੱਥ ਵਿੱਚ ਆ ਉਹ ਪਿਆਰ ਵਾਲਾ ਪਰਮੇਸ਼ਰ ਉਹ ਅੱਜ ਵੀ ਚਾਹੁੰਦਾ ਹੈ ਤੁਸੀਂ ਕਿਤੇ ਡਿਗਿਓ ਨਾ ਤੇ ਜੇ ਕਿਤੇ ਡੈਗ ਪਏ ਆ ਮੁੜ ਕੇ ਉੱਟ ਕੇ ਉਹਦੇ ਵੱਲ ਨੂੰ ਆ ਜਾ ਤੇ ਉਹ ਤੁਹਾਨੂੰ ਅੱਜ ਵੀ ਮਾਫ ਕਰ ਲਊਗਾ ਅਮਨ ਅਮਨ ਹਾਂਜੀ ਆਜੋ ਆਪਾਂ ਪ੍ਰੇਅ ਕਰਦੇ ਹਾਂ ਜੇ ਤੁਸੀਂ ਇਸ ਵੇਲੇ ਬੈਕਸਲਿਡਨ ਹੋਏ ਆ ਤੇ ਤੁਸੀਂ ਚਾਹੋਦੇ ਤੁਸੀਂ ਮੁੜ ਕੇ ਫੇ ਪ੍ਰਭੂ ਦੇ ਕੋਲ ਆਉਣਾ ਚਾਹੁੰਦੇ ਆ ਜੇ ਤੁਸੀਂ ਹੌਲੀ ਸਪੀਡ ਦੀ ਆਵਾਜ਼ ਨੂੰ ਸੁਣਨੋਂ ਹਟ ਗਏ ਆ ਤੇ ਤੁਸੀਂ ਚਾਹੋਦੇ ਉਹਦੀ ਮੁੜ ਕੇ ਫੇ ਅਸੀਂ ਆਵਾਜ਼ ਸੁਣੀਏ ਸਾਨੂੰ ਤੋਬਾ ਕਰਨ ਦੀ ਜ਼ਰੂਰਤ ਆ ਆਜੋ ਆਪਾਂ ਪਰਮੇਸ਼ਰ ਦੇ ਕੋਲੋਂ ਮਾਫੀ ਮੰਗੀ ਆਪਣੇ ਜੀਵਨ ਨੂੰ ਠੀਕ ਕਰੀਏ ਹੋ ਸਕਦਾ ਤੁਸੀਂ ਕਦੇ ਤੋਬਾ ਕੀਤੀ ਨਹੀਂ ਸੀ ਅੱਜ ਤੁਸੀਂ ਕਰ ਸਕਦੇ ਆ ਅੱਜ ਯਿਸੂ ਮਸੀਹ ਨੂੰ ਆਪਣੇ ਜੀਵਨ ਦੇ ਵਿੱਚ ਸੱਦ ਸਕਦੇ ਆ ਆਜੋ ਆਪਾਂ ਪ੍ਰੇ ਕਰੀਏ ਥੈਂਕ ਯੂ ਫਾਦਰ ਸਵਰਗੀਤਾ ਹਿੰ ਤੁਹਾਡੇ ਤਨਬਾਤ ਤੁਹਾਡੀ ਬ੍ਰੇਕ ਕਰਦੇ ਆ ਅਸੀਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆ ਜਿੰਨੇ ਵੀ ਮੇਰੇ ਭੈਣ ਭਰਾ ਨੂੰ ਅੱਜ ਤੁਸੀਂ ਸ਼ੂਆ ਜਿੰਨੇ ਦੇ ਦਿਲਾਂ ਦੇ ਵਿੱਚ ਤੁਸੀਂ ਅੱਜ ਗੱਲ ਕਰ ਰਹੇ ਆ ਤੇ ਸਵਰਗੀਤਾ ਉਹ ਗਿਲਟੀ ਫੀਲ ਕਰਦੇ ਆ ਤੇ ਉਹ ਅੱਜ ਤੁਹਾਡੋਂ ਮਾਫੀ ਮੰਗਣਾ ਚਾਹੁੰਦੇ ਆ ਅਸੀਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆ ਜਿੰਨੇ ਵੀ ਤੁਹਾਡੇ ਕੋਲ ਅੱਜ ਮਾਫੀ ਮੰਗਦੇ ਸਾਰਿਆਂ ਨੂੰ ਮਾਫੀ ਦੇ ਕੇ ਆਪਣੀ ਗਲੇ ਲਾ ਲੈਣਾ ਸਾਰੇ ਨੂੰ ਮਾਫੀ ਦੇ ਕੇ ਆਪਣੇ ਬੇਟੇ ਬੇਟੀਆਂ ਬਡਾ ਲੈਣਾ ਸਾਰੀ ਕੋਈ ਤਾਂ ਆਪਣਾ ਰਸਤਾ ਉਹਨਾਂ ਦੇ ਨਾਲ ਮੁੜ ਕੇ ਫੇਰ ਖੋਲ ਦੇਣਾ ਸਾਰੀ ਕੋਈ ਤਾਂ ਅਸੀਂ ਤੁਹਾਡਾ ਧੰਨਵਾਦ ਤੁਹਾਡੀ ਬਿੜਾਈ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਰਦੇ ਆਂ ਅਮੇਨ ਅਮੇਨ ਆਪਾਂ ਉਹਨਾਂ ਵਾਸਤੇ ਵੀ ਪ੍ਰੇ ਕਰਾਂਗੇ ਜਿਹੜੇ ਇਸ ਵੇਲੇ ਬਹੁਤ ਮੁਸੀਬਤਾਂ ਦੇ ਵਿੱਚ ਆ ਕੋਈ ਉਹਨਾਂ ਨੂੰ ਆਨਸਰ ਨਹੀਂ ਲੱਭਦਾ ਹੈਗਾ ਹੋ ਸਕਦਾ ਬਹੁਤ ਬੁਬਾਰ ਹੋਣ ਜਾਂ ਹੋ ਸਕਦਾ ਉਹ ਕੋਈ ਹੋਰ ਕੋਈ ਮੁਸੀਬਤ ਦੇ ਵਿੱਚ ਹੋਣ ਜਾਂ ਹੋ ਸਕਦਾ ਬਈ ਡਿਪਰੈਸ਼ਨ ਆਪਰੇਸ਼ਨ ਹੋਵੇ ਕੋਸ਼ਿਸ਼ ਵੀ ਇਦਾਂ ਹੀ ਚੀਜ਼ ਹੋਵੇ ਮੈਂ ਤੁਹਾਡੇ ਵਾਸਤੇ ਪ੍ਰੇਅ ਕਰਨੀ ਆ ਮੈਰਕਿਊਸਲੀ ਬਰੇ ਮੇਸ਼ੇ ਤੁਹਾਨੂੰ ਉਹ ਵਿਚੋਂ ਕੱਢ ਕੇ ਲਿਆਊਗਾ ਆ ਜੋਪ ਪਰ ਪ੍ਰੇਅ ਕਰ ਗਿਆ ਥੈਂਕ ਯੂ ਫਾ ਸਰਗੁਤਾ ਹੀ ਤੁਹਾਡਾ ਧੰਨਵਾਦ ਤੁਹਾਡੀ ਬੜੀਆਈ ਕਰਦੇ ਆ ਮੈਂ ਆਪਣੀ ਭੈਣ ਭਰਾਵਾਂ ਵਾਸਤੇ ਪ੍ਰੇ ਕਰਦਾ ਸਰਗੁਤਾ ਐਸ ਵਿਲੇਜ ਜਿਹੜੇ ਬਿਮਾਰੀਆਂ ਨੇ ਫੜਿਓ ਆ ਹੋ ਸਕਦਾ ਡਾਕਟਰਾਂ ਨੇ ਕਿਹਾ ਹੋਵੇ ਕੋਈ ਇਲਾਜ ਨਹੀਂ ਹੈਗਾ ਹੋ ਸਕਦਾ ਕੋਈ ਡਿਪਰੈਸ਼ਨ ਆ ਪ੍ਰੈਸ਼ਰ ਦੇ ਥੱਲੇ ਹੋਵੇ ਹੋ ਸਕਦਾ ਫੈਮਿਲੀ ਦੇ ਵਿੱਚ ਕੋਈ ਇਦਾਂ ਦੀ ਮੁਸੀਬਤ ਆਈ ਹੈ ਜਿਹਦਾ ਕੋਈ ਜਵਾਬ ਨਹੀਂ ਮਿਲਦਾ ਹੈਗਾ ਸਰਗੁਤਾ ਅਸੀਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਮੰਗਦੇ ਆ ਮੈਰਕਲਸਲੀ ਮੇ ਆਪਣੀਆਂ ਮਿਰਕਲਸ ਨਾਲ ਉਹਨਾਂ ਨੂੰ ਉਹਦੇ ਵਿੱਚੋਂ ਕੱਢ ਕੇ ਲਿਆਓ ਤੁਸੀਂ ਹੱਕ ਰੱਖਦੇ ਆ ਲੋਕਾਂ ਨੂੰ ਮیرے ਪਰਿਵਾਰ ਨੂੰ ਪਰਮਾਤਮਾ ਉਹਨਾਂ ਵਿੱਚ ਮੁਸੀਬਤਾਂ ਦੇ ਵਿੱਚੋਂ ਕੱਢ ਕੇ ਲਿਆਉਂਦਾ। ਅਮੇਨ। ਸਾਰੀ ਗੁਰਤਾ ਅਸੀਂ ਯੀਸੂ ਮਸੀਹ ਦੇ ਨਾਂ ਦੇ ਵਿੱਚ ਮੰਗਦੇ ਆ। ਉਹਨਾਂ ਦੇ ਜੀਵਨ ਦੇ ਵਿੱਚ ਮਰਕਲਸ ਕਰੋ। ਉਹ ਆਜ਼ਾਦੀ ਪਾ ਸਕਣ। ਡਿਪਰੈਸ਼ਨ ਟੁੱਟ ਜਵੇ। ਫੈਮਲੀਆਂ ਦੇ ਵਿੱਚ ਸ਼ਾਂਤੀ ਤਪੀਸ ਆ ਜਵੇ। ਸਾਰੀ ਗੁਰਤਾ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਧਾਈ ਯੀਸੂ ਮਸੀਹ ਦੇ ਨਾਂ ਦੇ ਵਿੱਚ ਕਰਦੇ ਆ। ਅਮੇਨ। ਅਮੇਨ। ਪ੍ਰਾਈਸ ਦਾ ਲਾਡ ਪ੍ਰਭੂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਸੱਚਮੁੱਚ ਉਹ ਪਿਆਰ ਵਾਲਾ ਪਰਮੇਸ਼ੁਰਾ ਤੇ ਸਾਡੇ ਗਨਾਹਾਂ ਨੂੰ ਮਾਫ਼ ਵੀ ਕਰਦਾ ਆ। ਤੇ लास्ट ਨੋਟਿਸ ਅਸੀਂ ਦੇਣ ਲੱਗੇ ਆ ਕੱਲ ਨੂੰ ਸੈਟਰਡੇ ਆ 14 ਤਰੀਕ ਦਾ 올ਨੇਸ਼ਨ ਦੇ ਵਿੱਚ ਵਰਸ਼ਿਪ ਮੀਟਿੰਗ ਰੱਖੀ ਗਈ ਹੈ 6:30 ਨਹੀਂ 6 ਤੋਂ 9 6 ਤੋਂ 9 ਵਜੇ ਤੇ ਤੁਸੀਂ ਜਰੂਰ ਆਇਓ 올ਨੇਸ਼ਨ ਬਰਮਹੈਂਪਟਨ ਚਰਚ ਦੇ ਵਿੱਚ ਵਰਸ਼ਿਪ ਟੀਮ ਨੇ ਬਹੁਤ ਜ਼ਬਰਦਸਤ ਇੰਡੀਆ ਤੋਂ ਆਣਾ ਹੈ ਤੇ ਆਪਾਂ ਉਹਨਾਂ ਦੇ ਨਾਲ ਰਲ ਕੇ ਵਰਸ਼ਿਪ ਕਰਨੀ ਆ ਤੁਸੀਂ ਜਰੂਰ ਆਇਓ ਤੁਹਾਡਾ ਸਵਾਗਤ ਕਰਦੇ ਹਾਂ 6 ਤੋਂ 9 ਵਜੇ ਤੱਕ ਤੇ ਸੰਡੇ ਨੂੰ ਆਪਣੀ ਮੀਟਿੰਗ ਆ 3:30 ਵਜੇ ਨੋਰਮਲ ਪਰ ਉਦਨ ਨੂੰ ਵੀ ਉਸ ਬ੍ਰਦਰ ਨੇ ਉੱਥੇ ਹੀ ਹੋਣਾ ਹੈ ਤੇ ਤੁਸੀਂ ਉਦਨ ਨੂੰ ਵੀ ਆ ਸਕਦੇ ਆ ਸੋ ਦੋਹਾਂ ਮੀਟਿੰਗਾਂ ਤੇ ਤੁਹਾਨੂੰ ਅਸੀਂ ਸੱਦਾ ਦਿੰਨੇ ਆ ਸੰਡੇ ਨੂੰ ਤਾਂ ਆ ਹੀ ਆਇਓ ਜੇ ਤੁਸੀਂ ਹੋਰ ਕਿਸੇ ਚਰਚ ਨੂੰ ਨਹੀਂ ਜਾਂਦੇ ਪਰ ਸੈਟਰਡੇ ਨੂੰ ਤੁਸੀਂ ਮੋਸਟ ਵੈਲਕਮ ਆ ਜਦੋਂ ਮਰਜੀ ਆ ਸਕਦੇ ਆ ਤੇ ਉਦੋਂ ਤੱਕ ਲਈ ਆਪਾਂ ਸਾਰਿਆਂ ਨੂੰ ਬlesਸ ਕਹਿੰਦੇ ਆ ਅਨ ਮੈ ਫਰਡੇ ਫੇਰ ਮਿਲਾਂਗੇ ਜੇ ਯਿਸੂ ਮਸੀਹ ਜੀ ਨਾ ਆਏ ਉਦੋਂ ਤੱਕ ਜੇ ਆ ਗਏ ਤਪਤਿਆ ਰਹਿਣਾ ਹਰ ਵੇਲੇ ਤਿਆਰ ਰਹਿਣਾ ਕਰਕੇ ਉਹਦਾ ਪਤਾ ਨਹੀਂ ਕਦੋਂ ਆਜਵੇ ਇਹ ਇਸ ਕਰਕੇ ਬਾਈਬਲ ਦੱਸਦੀ ਹੈ ਕਿ ਉਹਦਾ ਦੈਂ ਚੋਰ ਵਾਂਗਰ ਆਉਣ ਵਾਲਾ ਹੈ ਆਪਾਂ ਹਿਾਰਣ ਆਪਣੇ ਲਈ ਚੋਰੀ ਨਹੀਂਆ ਹੋਵੇ ਕਿ ਅਸੀਂ ਚੋਰੀ ਸਾਡਾ ਜੀਵਨ ਕੋਈ ਕਰ ਜਵੇ ਪਰ ਅਸੀਂ ਹਿਾਰਣ ਤੇ ਉਹਦੀ ਅੜੀਕ ਦੇ ਵਿੱਚ ਰਹਿਣਾ ਸੋ ਤੁਹਾਨੂੰ ਸਾਰਿਆਂ ਨੂੰ ਬlesਸ ਕਹਿੰਦੇ ਆ ਬlesਸਡ ਬ ਤੇ ਦੂਜਿਆਂ ਨੂੰ ਵੀ ਬlesਸ ਕਰਦੇ ਰਹੋ ਜੈਮਸੀ ਦੇ ਜੈਮਸੀ ਦੇ ਐਵਰੀਬਾਡੀ ਬlesਸ ਯੂ ਥੈਂਕ ਯੂ ਜੈਮਸੀ